सिमरो अङ्गदुख गुरु अमरदास हृदय हृदयनि श्रीगुरु राम दास ग ਗੁਰੂ ਅਰਜਨ ਬੇਗਨਾ ਨਾ ਕੀ ਬੇਗਨਾ ਨਾ ਕੀ ਹਰ ਗੋਬਿੰਦ ਸੁਭਿ ਚ ਮਤ ਪਾਰ ਸ੍ਰੀ ਹਰਿ ਰਾਏ ਨਮੋ ਕਰ ਨਮੋ ਕਰ श्री हर कृष्ण नामा ना ते ग्वा द र परम कृपा जी परम श्री गुरु गोबिंद सिंह ਤਰਾ ਤਰਾ ਪਰ ਪੌਨਾ ਪੌਨਾ ਸੀ ਸਾਜੀ ਪੌਨਾ ਪੌਨਾ ਸੀ ਸਾ ਬੰਦੋਂ ਬਾਰ ਬਾਰ ਜਗ ਇਕੰਕਾਰ ਸਤਗੁਰ ਤਿਹ ਪ੍ਰਸਾਦ ਸੱਚ ਹੋ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਦਨ ਬਿਨਾ ਸਨਾਏ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਦਨ ਬਿਨਾ ਸਨਾਏ ਸਤਨਾਮ ਸ੍ਰੀ ਵਾਹਿਗੁਰੂ ਸਾਇਵ ਜੀਓ ਜੋ ਪਈ ਕਾਇਆ ਆਦ ਕੱਪੜ ਐ ਕੂੜੇ ਇਨ ਬੀ ਲੋਕ ਪੂਲ ਤੈ ਮੂਹੇ ਹਮਰੇ ਇਹੋ ਨਾ ਕਿਸ ਹੂੰ ਕਾਜਾ ਜਾਏ ਦੀ ਜੀਏ ਆਪਣ ਰਾਜਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਤੇਗ ਬਹਾਦਰ ਸਿਮਰਿਐ ਕਰਨੋਂ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਧਰਮ ਤੁਰੰਤਰ ਬੈਰਾਗ ਸਰੂਪ ਤਿਆਗ ਸਰੂਪ ਅਨੁਰਾਗ ਸਰੂਪ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੀ ਪਾਵਨ ਧਰਤੀ ਪੂਜਣ ਯੋਗ ਇਹ ਧਰਤੀ ਹੈ ਜਿੱਥੇ ਜਾਏ ਵਹ ਪੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਇਸ ਧਰਤੀ ਤੇ ਤਖਤਾਂ ਤੇ ਸੁਭਾਈਵਾਨ ਸ਼ਬਦ ਗੁਰੂ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਗੋਦ ਵਿੱਚ ਸੁਭਾਏਮਾਨ ਗੁਰਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਮੂਹ ਸੰਗਤਾਂ અત્યੰਤ ਵੱਡੇ ਭਾਗਾਂ ਵਾਲੇ ਹੋ ਰੋਜ਼ ਹੀ ਆਪਣੇ ਨੇਮ ਅਨੁਸਾਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਇਤਿਹਾਸ ਜੋ ਸਾਡੇ ਜੀਵਨ ਵਿੱਚ ਰੰਗ ਲਿਆ ਰਿਹਾ ਹੈ ਖਾਲਸਾ ਜੀ ਉਹ ਕਥਾ ਤੇ ਉਹ ਹੈ ਜੋ ਜੀਵਨ ਵਿੱਚ ਬਦਲਾਅ ਪੈਦਾ ਕਰੇ ਰੋਹਾਨੀ ਰਸ ਪੈਦਾ ਕਰੇ ਅਗੁਣਾ ਦਾ ਤਿਆਗ ਕਰੇ ਸਹਿਜ ਰਸ ਪ੍ਰਦਾਨ ਕਰੇ ਉਹ ਕਥਾ ਹੈ ਸੁਣ ਹਰ ਕਥਾ ਉਤਾਰੀ ਮਹਿਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਬਖਸ਼ਿਸ਼ਾਂ ਸਾਡੇ ਹਿਰਦੇ ਦੀ ਅੰਤਿਸ਼ ਕਰਨ ਦੀ ਮਹਿਲ ਨੂੰ ਦੂਰ ਕਰਦੀਆਂ ਹਨ ਮਹਾਰਾਜ ਜਿੱਥੇ ਜਿੱਥੇ ਧਰਤੀ ਤੇ ਗਏ ਨੋਖੰਡ ਧਰਤੀ ਨੂੰ ਮਹਾਰਾਜ ਜੀ ਨੇ ਭਾਗ ਲਾਇਆ। ਸਿੰਗਲਾ ਦੀਪ ਉਹ ਟਾਪੂ ਜਿੱਥੇ ਭਾਈ ਮਨੁੱਖ ਜੀ ਗਏ ਰਾਜੇ ਨੂੰ ਲਾਗ ਲਗਾਤੀ। ਰਾਜਾ ਉੜੀਕਦਾ ਹੈ। ਵੀ ਐਸੇ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਸਰੂਪ ਮੇਰੇ ਕੋ ਲਾਉਣ ਮਨ ਨੂੰ ਦਰਸ਼ਨ ਦੇਣ। ਉਦੀ ਉਡੀਕ ਉਹਦਾ ਪਿਆਰ ਗੁਰੂ ਨਾਨਕ ਪਾਤਸ਼ਾਹ ਨੂੰ ਖਿੱਚ ਕੇ ਰਹਿ ਗਿਆ ਉੱਥੇ ਗੁਰੂ ਨਾਨਕ ਮਹਾਰਾਜ ਪਹੁੰਚੇ ਹਨ ਸਿੰਗਲਾ ਦੇਵ ਦੀ ਧਰਤੀ ਉੱਤੇ ਬਾਰ-ਬਾਰ ਇੱਕ ਸੁੱਕਾ ਬਾਗ ਪਿਆ ਸੀ ਪਾਤਸ਼ਾਹ ਨੇ ਜਾ ਕੇ ਚਰਨ ਪਾਏ ਸੂਕੇ ਹਰੇ ਕੀ ਖਿੰਮਾ ਹੈ ਉਹ ਬਾਗ ਖੇਨ ਵਿੱਚ ਹੀ ਸੁੱਕਾ ਹਰਿਆ ਭਰਿਆ ਹੋ ਗਿਆ ਖਾਲਸਾ ਜੀ ਬਾਗ ਦਾ ਮਾਲੀ ਵਿਖਦਾ ਕਿ ਮੈਂ ਬਾਗ ਦੀ ਬੜੀ ਸੇਵਾ ਕਰਦਾ ਪਰ ਮੇਰੇ ਤੋਂ ਬਾਗ ਨਹੀਂ ਹਰਿਆ ਭਰਿਆ ਹੋਇਆ ਬਹੁਤ ਸੰਤ ਮਹਾਤਮਾ ਇਸ ਬਾਗ ਵਿੱਚ ਉਹਨਾਂ ਕਰਕੇ ਬਾਗ ਹਰਿਆ ਭਰਿਆ ਨਹੀਂ ਹੋਇਆ ਇਹ ਕੌਣ ਹਨ ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਦੌੜ ਕੇ ਗਿਆ ਆਪਣੇ ਰਾਜੇ ਸ਼ਿਵਨਾਬ ਕੋਲ। ਕੈਨਲਗਰ ਰਾਜਾ ਜੀ ਆਪਣੇ ਬਾਗ 'ਚ ਕੋਈ ਸੰਤ ਆਏ ਹਨ। ਜਿਨ੍ਹਾਂ ਦੇ ਚਰਨ ਪੈਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਰਾਜਾ ਸੋਚਦਾ ਹੈ ਕੋਈ ਸੰਤ ਮਹਾਤਮਾ ਪੂਰਨ ਹੋਣਗੇ। ਰਾਜੇ ਦਾਕ ਵਜ਼ੀਰ ਸੀ ਪਰਸਰਾਮ ਰਾਜਾ ਕੈਨ ਲਗਾ ਪਰਸਰਾਮ ਪਹਿਲਾਂ ਤੂੰ ਜਾ ਉਹਨਾਂ ਲਈ ਜਲ ਪਾਣੀ ਲੈ ਜਾ ਪ੍ਰਸ਼ਾਦਾ ਲੈ ਜਾ ਪ੍ਰਸ਼ਾਦਾ ਛਕਾ ਪਰਸਰਾਮ ਜਲ ਪਾਣੀ ਪ੍ਰਸ਼ਾਦਾ ਆਦਿਕ ਲੈ ਕੇ ਆਇਆ ਕਹਿਣ ਲਗਾ ਸੰਤ ਜੀ ਇਹ ਛਕੋ ਗੁਰੂ ਦਾ ਅਨੰਤ ਬਾਸ਼ਾ ਕਹਿੰਦੇ ਅਸੀਂ ਛਕਦੇ ਨਹੀਂ ਸਾਡਾ ਭੋਜਨ ਕੁਝ ਹੋਰ ਹੈ ਉਹਦੀ ਨਿਸ਼ਟਾ ਕੀਤੀ ਮਹਾਰਾਜ ਜੀ ਨੇ ਫਿਰ ਖਾਲਸਾ ਦੇ ਰਾਜੇ ਨੇ ਆਪਣੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਕਰਨ ਲਈ ਸੋਹਣੀਆਂ ਇਸਤਰੀਆਂ ਭੇਜੀਆਂ ਵਿਸ਼ਵਾਵਾਆਂ ਭੇਜੀਆਂ ਕਿ ਪਤਾ ਕਰਿਏ ਪੂਰਨ ਸੰਤ ਹਨ ਕਿ ਬੇ ਵਿਚਾਰੀ ਹਨ ਉਹ ਬੀਬੀਆਂ ਆਈਆਂ ਮੋਹਣ ਵਾਲੀਆਂ ਆ ਕੇ ਬੜੇ ਹਾ ਭਾਵ ਵਿਖਾਉਂਦੀਆਂ ਹਨ ਮਹਾਰਾਜ ਨੂੰ ਪਾਤਸ਼ਾਹ ਕਹਿੰਦੇ ਬਚਿਓ ਇਹ ਕੀ ਕਰ ਦਿਓ ਇਹ ਸਰੀਰ ਦਾ ਬੜਾ ਗੁਮਾਨ ਕਰਦੀਆਂ ਹੋ ਬਾਹਰੋਂ ਸਰੀਰ ਭਾਵੇਂ ਸੋਹਣੀ ਚਮੜੀ ਕਰਕੇ ਇਹ ਸੋਨਾ ਵਿਖਦਾ ਹੈ ਪਰ ਅੰਦਰ ਤਾਂ ਜ਼ਹਿਰ ਹੈ ਲਹੂ ਮਿਜਦਾ ਗਾਰਾ ਹੈ ਜਦੋਂ ਇਹ ਬਖਸ਼ਿਸ਼ ਕੀਤੀ ਪਾਤਸ਼ਾਹ ਨੇ ਖਾਲਸਾ ਜੀ ਨੂੰ ਤੇ ਉਹਨਾਂ ਤੇ ਬੜਾ ਪ੍ਰਭਾਵ ਪਿਆ ਹੈ ਆਓ ਹੁਣ ਮਹਾਰਾਜ ਜੀ ਨੂੰ ਪਰਖਣ ਲਈ ਇਹ ਫਿਰ ਹੋਰ ਕਿਹੜੇ-ਕਿਹੜੇ ਤਰੀਕੇ ਵਰਤ ਰਿਹਾ ਰਾਜਾ ਰਾਜਾ ਸ਼ਿਵਨਾਥ ਫਿਰ ਆਪ ਦਰਸ਼ਨ ਕਰਨ ਲਈ ਆਵੇਗਾ ਮਹਾਰਾਜ ਦੇ ਤੇ ਪਾਤਸ਼ਾਹ ਇਹਦੀ ਧਰਤੀ ਨੂੰ ਵੀ ਭਾਗ ਲਾਣਗੇ ਇਹਦੇ ਹਿਰਦੇ ਵਿੱਚ ਆ ਕੇ ਬੈਠਣਗੇ ਤੇ ਸਾਰੀ ਸੰਗਤਾਂ ਨੂੰ ਨਿਹਾਲ ਕਰਨਗੇ ਆਓ ਗੁਰੂ ਨਾਨਕ ਪਾਤਸ਼ਾਹ ਸਾਡੇ ਹਿਰਦੇ ਨੂੰ ਪਾਗਲਾਨ ਆਓ ਸਾਰੇ ਪਿਆਰੇ ਅਰਦਾਸ ਬੇਨਤੀ ਕਰਦੇ ਆਂ ਸ਼ਰਧਾ ਸਤਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਪਈ ਕਾਂ ਆ ਆਦ ਕੱਪੜ ਹੈ ਕੂੜੇ ਰਾਜੇ ਦਾ ਮੰਤਰੀ ਹੈ ਵਜ਼ੀਰ ਹੈ ਪਰਸuram ਉਹਨੇ ਬਹੁਤ ਬਸਤਰਾ ਆਦਿ ਗਹਿਣੇ ਆਦਿ ਪਟਾਵਾਂ ਅਰਪਣ ਕੀਤੀਆਂ ਮਹਾਰਾਜ ਜੀ ਨੂੰ ਰਾਜੇ ਨੇ ਆਖਿਆ ਮੰਤਰੀ ਤੁਸੀਂ ਇਹ ਲੈ ਜਾਓ ਮੰਤਰੀ ਜੀ ਵਜ਼ੀਰ ਜੀ ਆਏ ਕੁਝ ਪੇਟਾਵਾਂ ਕੱਪੜਾ ਦੇ ਅਰਪਣ ਕਰਨ ਲੱਗੇ। ਪਾਤਸ਼ਾਹ ਕਹਿੰਦੇ ਸਾਡੇ ਲਾਇਕ ਇਹ ਨਹੀਂ। ਇਹ ਸੀ ਨਹੀਂ ਪਾਉਣੇ। ਕਾਇਆ ਆਦ ਕੱਪੜ ਹੈ ਕੂੜੇ ਇਹ ਸਰੀਰ ਵੀ ਕੱਪੜਾ ਹੀ ਹੈ ਕੂੜਾ ਹੈ। ਇਹਨੂੰ ਕੱਪੜਾ ਕਿਉਂ ਆਖਿਆ ਖਾਲਸਾ ਜੀ? ਕਿ ਆਤਮਾ ਨੂੰ ਢੱਕਣ ਲਈ ਇਹ ਸਰੀਰ ਬਣਿਆ ਹੋਇਆ ਹੈ। ਇਹੜੇ ਪੰਜ ਕੋਸ਼ ਉੱਤੇ ਹਨ ਉਹ ਟਕਣ ਲਈ ਹੈ ਖਾਲਸਾ ਜੀ ਤੇ ਸਭ ਤੋਂ ਉਤਲਾ ਇਹ ਕੋਸ਼ ਹੈ ਅਨਮੈ ਕੋਸ਼ ਇਹ ਸਰੀਰ ਇਹ ਕੱਪੜਾ ਹੈ ਤੇ ਇਹ ਕੱਪੜਾ ਵੀ ਨਾਸ਼ ਹੋ ਜਾਵੇਗਾ ਇਹ ਵੀ ਝੂਠਾ ਹੈ ਇਨ ਬਿ ਲੋਕ ਪੂਲਤ ਹੈ ਮੂੜੇ ਤੇ ਜਿਹੜੇ ਮੂਰਖ ਮਨੋਖ ਹਨ ਝੂਠੇ ਮਨੋਖ ਹਨ ਉਹ ਸਰੀਰ ਨੂੰ ਵੇਖ-ਵੇਖ ਕੇ ਬੜੇ ਫੁੱਲਦੇ ਹਨ ਕਿ ਮੇਰਾ ਸਰੀਰ ਬੜਾ ਸੋਹਣਾ ਹੈ ਬਹੁਤ ਸੁੰਦਰ ਆ ਉਹ ਸਰੀਰ ਨੂੰ ਵੇਖ-ਵੇਖ ਕੇ ਹੀ ਹੰਕਾਰੀ ਜਾ ਰਹੇ ਹਨ ਹਮਰੇ ਇਓ ਨਾ ਕਿਸ ਹੂੰ ਕਾਜਾ ਪਾਤਸ਼ਾਹ ਕਹਿਣ ਲੱਗੇ ਮੰਤਰੀ ਜੀ ਵਜ਼ੀਰ ਜੀ ਸਾਡੇ ਇਹ ਗਹਿਣੇ ਇਹ ਕੱਪੜੇ ਇਹ ਕਿਸੇ ਕੰਮ ਨਹੀਂ ਆਉਣੇ ਜਾਏ ਦੀ ਜੀਏ ਆਪਨ ਰਾਜਾ ਜਾ ਕੇ ਦੇ ਦਿਓ ਆਪਣੇ ਰਾਜੇ ਨੂੰ ਰਾਜੇ ਨੂੰ ਕੇ ਸਾਹਮਣੇ ਰੱਖੇ ਕੱਪੜੇ ਇਹ ਗਹਿਣੇ ਉਹਦੇ ਕੰਮ ਆਉਣਗੇ ਸਾਡੇ ਕੰਮ ਨਹੀਂ ਆਣੇ ਸੁਣ ਮੰਤਰੀ ਗਾ ਨਿਕਟ ਰਾਜਾਨਾ ਜਦੋਂ ਮੰਤਰੀ ਪਰਸਰਾਮ ਨੇ ਸੁਣਿਆ ਤੇ ਸੁਣ ਕੇ ਉਹਦੀ ਨਿਸ਼ਟਾ ਹੋ ਗਈ ਉਦੇ ਹਿਰਦੇ ਨੂੰ ਵੀ ਠੰਡ ਮਿਲੀ ਖਾਲਸਾ ਜੀ ਉਹ ਅੰਦਰ ਸਹਿਜ ਰਸ ਆਇਆ ਪਾਤਸ਼ਾਹ ਦੇ ਦਰਸ਼ਨ ਪਰਚਨ ਕਰਕੇ ਤੇ ਇਹ ਸੁਣ ਕੇ ਆਪਣੇ ਰਾਜੇ ਸ਼ਿਵਨਾਮ ਕੋਲ ਚਲਾ ਗਿਆ ਅਸ ਪ੍ਰਕਾਰ ਮੁਖ ਬਚਨ ਬਖਾਨਾ ਤੇ ਜਾ ਕੇ ਇਸ ਤਰ੍ਹਾਂ ਦੇ ਉਹਨੇ ਬਚਨ ਕੀਤੇ ਹਨ ਰਾਜੇ ਨੂੰ ਉਤਮ ਸੰਤ ਸੁਸ਼ੀਲ ਉਦਾਰਾ ਮੰਤਰੀ ਕਹਿਣ ਲਗਾ ਰਾਜਾ ਜੀ ਉਹ ਆਮ ਸੰਤਾ ਵਾਂਗ ਨਹੀਂ ਉਹ ਪਖੰਡੀ ਨਹੀਂ ਉਹ ਬੇਵਚਾਰੀ ਨਹੀਂ ਉਹ ਲਾਲਚੀ ਨਹੀਂ ਉਹ ਉੱਤਮ ਸੰਤ ਹਨ ਸ੍ਰੇਸ਼ਟ ਸੰਤ ਹਨ ਜਿਹੜੇ ਸਾਡੇ ਬਾਗ ਵਿਚ ਆਏ ਹਨ ਕਛੂ ਨਾ ਲੇਵਤ ਪਠਿਓ ਤੁਮਾਰਾ ਉਹ ਤੁਹਾਡਾ ਉਹ ਭੇਜਿਆ ਹੋਇਆ ਸਾਜੋ ਸਮਾਨ ਕੁਛ ਗ੍ਰਹਿਣ ਨਹੀਂ ਕਰਦੇ ਨਾ ਤੁਹਾਡੇ ਵੱਲੋਂ ਕੱਪੜੇ ਗ੍ਰਹਿਣ ਕੀਤੇ ਉਹਨਾਂ ਨੇ ਨਾ ਗਹਿਣੇ ਗਹਿਣ ਕੀਤੇ ਨਾ ਤੁਹਾਡੀ ਮਾਇਆ ਗ੍ਰਹਿਣ ਕੀਤੀ ਉਹ ਲਾਲਚੀ ਨਹੀਂ ਹਨ ਚਲੋ ਆਪ ਤੇ ਦਰਸ਼ਨ ਕੀਜੈ ਚਲੋ ਉઠੋ ਹੁਣ ਰਾਜਾ ਜੀ ਕਿਉਂ ਇਥੇ ਦੇਰੀ ਕਰਦੇ ਹੋ ਉੱਠ ਕੇ ਆਓ ਤੇ ਦਰਸ਼ਨ ਕਰੋ ਐਸੇ ਮਾਪੁਰਖਾਂ ਦੇ ਸ੍ਰੀ ਨਾਨਕ ਕੋ ਪਰਖ ਪਤੀਜੈ ਤੇ ਪਰਖ ਕਰੋ ਵੀ ਇਹੀ ਗੁਰੂ ਨਾਨਕ ਮਹਾਰਾਜ ਹਨ ਅਜੇ ਤੱਕ ਮੈਂ ਨਾਮ ਨਹੀਂ ਪੁੱਛ ਕੇ ਆਇਆ ਉਹਨਾਂ ਦਾ ਤੁਸੀਂ ਆ ਕੇ ਪੁੱਛੋ ਉਹਨਾਂ ਤੋਂ ਕਿ ਤੁਹਾਡਾ ਨਾਮ ਨਾਨਕ ਹੀ ਹੈ ਜੀ ਤੁਸੀਂ ਹੀ ਗੁਰੂ ਨਾਨਕ ਮਹਾਰਾਜ ਹੋ ਤੁਸੀਂ ਹੀ ਪਰਮੇਸ਼ਰ ਹੋ ਤੁਸੀਂ ਹੀ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਇਹ ਆ ਕੇ ਪੁੱਛੋ ਉਹਨਾਂ ਨੂੰ ਉਹਨਾਂ ਦੀ ਪਰਖ ਕਰੋ ਸੁਨਤ ਸੁਮਤ ਕੇ ਭੂਪਤ ਬੈਨਾ ਜਦੋਂ ਸਿਆਣੇ ਵਜ਼ੀਰ ਦੇ ਬਚਨ ਸੁਣੇ ਰਾਜੇ ਨੇ ਗਮਨਿਓ ਆਪ ਨਿਕਟ ਗੁਣੈਨਾ ਤੇ ਗੁਣਾ ਦੇ ਐਨ ਗੁਣਾ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਕੋਲ ਆਪ ਰਾਜਾ ਚੱਲ ਕੇ ਆ ਰਿਹਾ ਹੈ ਪੀਰ ਨਰਨ ਕੀਲੀ ਨੇ ਸੰਗਾ ਨਾਲ ਇਹਦੇ ਹੋਰ ਬੰਦੇ ਵੀ ਆ ਰਹੇ ਹਨ ਕੁਝ ਖਾਸ ਖਾਸ ਬੰਦੇ ਰਾਜੇ ਦੇ ਇਹ ਵੀ ਨਾਲ ਆ ਰਹੇ ਹਨ ਮਿਲਨ ਹੇਤ ਸਤ ਗੁਰੂ ਉਮੰਗਾ ਬੜੇ ਉਮੰਗ ਦੇ ਸਹਿਤ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਮਹਾਰਾਜ ਜੀ ਨੂੰ ਮਿਲਣ ਵਾਸਤੇ ਰਾਜਾ ਆ ਰਿਹਾ ਹੈ ਪਹੁੰਚਿਓ ਉਪਬਨ ਹੋਏ ਸਮੀਪਾ ਜਦੋਂ ਬਾਗ ਦੇ ਨੇੜੇ ਆਇਆ ਬਾਗ ਦੇ ਵਿੱਚ ਮਹਾਰਾਜ ਬੈਠੇ ਸਨ ਸੁਭਾਏ ਮਾਨਸਨ ਤੇ ਬਾਗ ਦੇ ਵਿੱਚ ਆਇਆ ਰਾਜਾ ਤੇ ਮਹਾਰਾਜੇ ਕੋਲ ਖੜਾ ਹੋ ਗਿਆ ਪਦ ਬੰਧਨ ਕੀਨੀ ਅਵਨੀ ਪਾ ਰਾਜੇ ਨੇ ਗੁਰੂ ਚਰਣਾ ਉਤੇ ਮੱਥਾ ਟੇਕਿਆ ਹੈ ਗੁਰੂ ਪਾਤਸ਼ਾਹ ਦੇ ਚਰਨ ਕਮਲਾ ਉਤੇ ਮੱਥਾ ਟੇਕੇ ਰਾਜਾ ਜੀ ਦਰਸ ਬਿ ਲੋਕਤ ਬਧਿਓ ਅਨੰਦਾ ਦਰਸ਼ਨ ਕਰ ਰਿਹਾ ਹੈ ਮਹਾਰਾਜ ਦੇ ਜੀਵੇ ਜੀਵੇ ਦਰਸ਼ਨ ਕਰ ਰਿਹਾ ਆਨੰਦ ਵਧਿ ਜਾ ਰਿਹਾ ਹੈ ਵਧਿ ਜਾ ਰਿਹਾ ਹੈ ਇਹ ਹੈ ਅਸਲ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਉਹਨਾਂ ਦੀਆਂ ਤਰੰਗਾਂ ਉਹਨਾਂ ਦੀ ਮਿਹਰ ਭਰੀ ਕਿਰਪਾ ਰਾਜੇ ਤੇ ਹੋ ਰਹੀ ਹੈ ਤੇ ਰਾਜੇ ਦੇ ਮਨ ਵਿੱਚ ਹੋਰ ਆਨੰਦ ਵੱਧ ਰਿਹਾ ਹੈ ਜਿਉਂ ਸਾਗਰ ਪਿਖ ਪੂਰਨ ਚੰਦਾ ਜਿਵੇਂ ਖਾਲਸਾ ਜੀਓ ਸਮੁੰਦਰ ਵੇਖਦਾ ਵੀ ਇਹ ਚੰਦਰਮਾ ਪੂਰਾ ਹੈ ਪੂਰਨਮਾਸੀ ਦਾ ਚੰਦਰਮਾ ਉਛਾਲੇ ਮਾਰਦਾ ਹੈ ਖਾਲਸਾ ਜੀ ਸਾਗਰ ਉਛਾਲੇ ਮਾਰਦਾ ਹੈ ਚੰਦਰਮਾ ਨੂੰ ਮਿਲਣ ਵਾਸਤੇ ਮੰਨ ਲਓ ਖਾਲਸਾ ਜੀ ਰਾਜਾ ਅੱਜ ਉਛਾਲੇ ਮਾਰ ਰਿਹਾ ਹੈ ਕਿ ਦਰਸ਼ਨ ਕਰਾ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਪ੍ਰਾਪਤ ਕਰਾ ਇਹਨਾਂ ਦੀ ਇਹਨਾਂ ਦੇ ਬੋਲ ਸੁਣਾ ਇਹਨਾਂ ਤੋਂ ਆਨੰਦ ਪ੍ਰਾਪਤ ਕਰਾ ਬੋਰ ਠਾंड ਪਾ ਗੁਰੂ ਅਗਾਰੀ ਤੇ ਫਿਰ ਮਹਾਰਾਜੇ ਕੋਲ ਸਾਹਮਣੇ ਖੜਾ ਹੋ ਗਿਆ ਸ੍ਰੀ ਨਾਨਕ ਤਬ ਗਿਰਾ ਉਚਾਰੀ ਧੰ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਬਚਨ ਆਖਿਆ ਸੁਨ ਰਾਜਾ ਸ਼ਿਵਨਾਬ ਤੂੰ ਸ਼ੁਭ ਮਤ ਤੇਰੀ ਰਾਸ ਅਜੇ ਪਾਤਸ਼ਾਹ ਨੂੰ ਤਾਂ ਨਾਮ ਨਹੀਂ ਪੁੱਛਿਆ ਖਾਲਸਾ ਜੀ ਤੇ ਮਹਾਰਾਜ ਪਹਿਲਾਂ ਹੀ ਕਹਿਣ ਲਗੇ ਸੁਣ ਰਾਜਾ ਸ਼ਿਵਨਾਬ ਤੂੰ ਉਹ ਰਾਜਾ ਸ਼ਿਵਨਾਬ ਸੁਣ ਸਾਡੇ ਬਚਨ ਤੇਰੀ ਮਤ ਭਰੀ ਹੋਈ ਹੈ ਰਾਸ ਕਰਕੇ ਪੂੰਜੀ ਕਰਕੇ ਕਿਹੜੀ ਪੂੰਜੀ ਹੈ ਸ਼ੁਭ ਗੁਣਾ ਦੀ ਪੂੰਜੀ ਹੈ ਸਤ ਸੰਤੋਖ ਦਇਆ ਧਰਮ ਇਹ ਸ਼ੋਭ ਮਤ ਹਨ ਹਰ ਰਾਸ ਮੇਰੀ ਮਨ ਵਣਜਾਰਾ ਉਹ ਰੱਬ ਦਾ ਨਾਮ ਤੇਰੇ ਹਿਰਦੇ ਵਿੱਚ ਹੈ ਪਾਈ ਤੇਰੇ ਹਿਰਦੇ 'ਚ ਟਿਕਾਵੀਏ ਬਖਸ਼ਿਸ਼ ਕਰਨੀ ਹੈ ਪਾਤਸ਼ਾਹ ਨੇ ਪਤਾ ਹੈ ਮਹਾਰਾਜੇ ਨੂੰ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਪ੍ਰੇਮ ਭਾਵਨਾ ਹੈ ਕਿ ਇਹਦੀ ਮਤ ਵਿੱਚ ਸਾਰੇ ਗੁਣ ਹਨ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹਨੇ ਸਾਡੀ ਸਿੱਖਿਆ ਬਾਣੀ ਪਹਿਲਾਂ ਸੁਣੀ ਹੈ ਤਾਂ ਹੀ ਪਾਤਸ਼ਾਹ ਕਹਿੰਦੇ ਰਾਜਾ ਜੀ ਤੁਹਾਡੀ ਮਤ ਵਿੱਚ ਬੜੇ ਗੁਣ ਹਨ ਬਹੁਤ ਭੰਡਾਰੇ ਹਨ ਬਹੁਤ ਰਾਸ ਹੈ ਨਾਨਕ ਪੜਦਾ ਦੂਰ ਕਰ ਹੋਵੇਂ ਦਾਸਨ ਦਾਸ ਗੁਰਦਾਨਕ ਪਾਤਸ਼ਾਹ ਦਾ ਇਹ ਸ਼ਬਦ ਭਾਵੇਂ ਸ੍ਰੀ ਗੁਰਗੰਸਾਹਿ ਪਾਤਸ਼ਾਹ ਦੀ ਬਾਣੀ ਵਿੱਚ ਨਹੀਂ ਪਰ ਜਨਮ ਸਾਖੀ ਵਿੱਚ ਮਹਾਰਾਜੀ ਆਉਂਦਾ ਹੈ ਖਾਲਸਾ ਜੀ ਦਾ ਪਾਤਸ਼ਾਹ ਕਹਿੰਦੇ ਨਾਨਕ ਪਰਦਾ ਦੂਰ ਕਰ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਸ ਅਗਿਆਨ ਦਾ ਪਰਦਾ ਦੂਰ ਕਰ ਦੋ ਬਸ ਜਦੋਂ ਤੱਕ ਅਗਿਆਨ ਦਾ ਪਰਦਾ ਨਹੀਂ ਦੂਰ ਹੁੰਦਾ ਦਾਸ ਅੰਦਾਸ ਨਹੀਂ ਬਣੀਦਾ ਉਨੋਂ ਤੱਕ ਅੰਦਲਾ ਜਿਹੜਾ ਆਤਮ ਰਸ ਹੈ ਬਾਹਰ ਨਹੀਂ ਆਉਣਾ ਅੰਦਲਾ ਜੋਤ ਸਰੂਪ ਦਾ ਗਿਆਨ ਉਹਨੇਂਦਰ ਹੀ ਰਹਿ ਜਾਣਾ ਹੈ ਉਹਨੇ ਬਾਹਰ ਨਹੀਂ ਆਉਣਾ ਇਹ ਬਰੀਕ ਜਿਹਾ ਪਰਦਾ ਹੈ ਖਾਲਸਾ ਜੀ ਪਾ ਮੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ ਪੰਮੀਰੀ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਕਿ ਫਸਲਾਂ ਦੇ ਉੱਤੇ ਇੱਕ ਜਿਹ ਕਹ ਲੋ ਜਹਾਜ਼ ਵਾਂਗ ਛੋਟਾ ਜਹਾਜ਼ ਜਿਹਨੂੰ ਬੱਚੇ ਪਕੜਦੇ ਨਾ ਉਹ ਕੁਮਦੀ ਹੁੰਦੀ ਪੰਬੀਰੀ ਉਹਦੇ ਖੰਭ ਬੜੇ ਬਰੀਕ ਹੁੰਦੇ ਆ ਆਰ ਪਰ ਵਿਖਦਾ ਤੇ ਹੈ ਪਰ ਪਰਦਾ ਤੇ ਪਰਦਾ ਹੀ ਇਹ ਖਾਲਸਾ ਜੀ ਉਸ ਤੋਂ ਵੀ ਕਈ ਗੁਣਾ ਬਰੀਕ ਅਗਿਆਨ ਦਾ ਪਰਦਾ ਹੈ ਪਾਤਸ਼ਾਹ ਕਹਿੰਦੇ ਬਸ ਇਹ ਪਰਦਾ ਦੂਰ ਕਰਨਾ ਹੈ ਰਾਜਾ ਜੀ ਤੁਹਾਨੂੰ ਭੁਲੇਖਾ ਪਿਆ ਹੋਇਆ ਹੈ ਉਪਰੇਖਾ ਉਹ ਪਰਦਾ ਜਿਹੜਾ ਦੂਰ ਹੋ ਗਿਆ ਤੇ ਫਿਰ ਤੁਹਾਡੇ ਹਿਰਦੇ ਚ ਉਹ ਰਾਸ ਉਹ ਪ੍ਰਗਟ ਹੋਵੇਗੀ ਤੇ ਪਰਦੇ ਨੂੰ ਦੂਰ ਕਰੋ ਦਾਸਨ ਦਾਸ ਬਣੋ ਨਿਮਰਤਾ ਵਿੱਚ ਆਓ ਜੋ ਪਈ ਸੁਨ 시ਰੀ ਗੁਰ ਕੇ ਬਚਨ ਰਾਜਾਨਾ ਰਾਜੇ ਸ਼ਿਵ ਨਾਮ ਨੇ ਜਦੋਂ ਮਹਾਰਾਜੀ ਦੇ ਬਚਨ ਸੁਣੇ ਹਨ ਨਿਸ਼ਚਾ ਪਯੋ ਰਿਦੀ ਸੁਖਮਾਨਾ ਰਾਜੇ ਨੂੰ ਭਰੋਸਾ ਹੋ ਗਿਆ ਵੀ ਇਹੀ ਹਨ ਸੰਤ ਪੂਰੇ ਭਰੋਸਾ ਪੂਰਾ ਹੋ ਗਿਆ ਸੁਖ ਮਾਨਿਆ ਇਹਨੇ ਕਿ ਜਿਹੜੇ ਬਚਨ ਸੁਣ ਕੇ ਬਾਸ਼ਾ ਨੇ ਆਖਿਆ ਨਾਨਕ ਆਖਿਆ ਨਾ ਥੋੜਾ ਦਾ ਭਰੋਸਾ ਤੇ ਹੋ ਗਿਆ ਵੀ ਨਾਨਕ ਤਾਂ ਇਹੀ ਹਨ ਤੇਨੂ ਪੂਰਾ ਭਰੋਸਾ ਹੋ ਗਿਆ ਤਦਪ ਏਕ ਨਿਸਲੀਓ ਪਤੀ ਆਰਾ ਫਿਰ ਵੀ ਸੋਚਦਾ ਵੀ ਇੱਕ ਰਾਤ ਹੋਰ ਪਰਖ ਲਵਾਂ ਇਹਨਾਂ ਨੂੰ ਮੇਰੇ ਮਨ ਦਾ ਕੋਈ ਸ਼ੰਕਾ ਨਾ ਰਹਿ ਜਾਈ ਕਿਉਂਕਿ ਨਾਨਕ ਨਾਮ ਦੀ ਛਾਪ ਤਾਂ ਬੜੇ ਉਚਾਰਣ ਕਰਦੇ ਸਨ ਕਿਉਂਕਿ ਖਾਲਸਾ ਜੀ ਪਹਿਲਾਂ ਵੀ ਨਾਨਕ ਸ਼ਬਦ ਨਾਨੂ ਜੀ ਨਾਨੂ ਪੰਡਤ ਜੀ ਹੋਏ ਉਹ ਕਹਿੰਦਾ ਮੈਂ ਨਾਨਕ ਹਾਂ ਜਿਹੜੇ ਜਿਹੜੇ ਵੀ ਰਾਜੇ ਕੋਲ ਪਹਿਲਾਂ ਆਏ ਉਹ ਆਪਣੇ ਨਾਨਕ ਹੀ ਕਹਿੰਦੇ ਰੇ ਵੀ ਅਸੀਂ ਨਾਨਕ ਹਾਂ ਤਾਂ ਰਾਜੇ ਦੇ ਮਨ ਵਿੱਚ ਅਜੇ ਵੀ ਖਾਲੋ ਥੋੜਾ ਸ਼ੰਕਾ ਹੈ ਪੀ ਚਲੋ ਇੱਕ ਰਾਤ ਹੋਰ ਪਰਖ ਕਰਨਾ ਇਹਨਾਂ ਦੀ ਪੰਥ ਕਰੋ ਪੁਨ ਅੰਗੀਕਾਰਾ ਫਿਰ ਇਹਨਾਂ ਦਾ ਪੰਥ ਮੈਂ ਅੰਗੀਕਾਰ ਕਰਾਂਗਾ ਪੰਥ ਕਹਿੰਦੇ ਖਾਲਸਾ ਜੀ ਸਿੱਖਿਆ ਧਰਮ ਮਾਰਗ ਰਸਤਾ ਇਹ ਰਸਤਾ ਹੈ ਗਿਆਨ ਦਾ ਉਹ ਮੈਂ ਅੰਗੀਕਾਰ ਕਰਾਂਗਾ ਇਹਨਾਂ ਦਾ ਰਸਤਾ ਹੈ ਆਤਮ ਰਸ ਵਾਲਾ ਉਹ ਮੈਂ ਫਿਰ ਕਬੂਲ ਕਰਾਂਗਾ ਜੋ ਇਹਨਾਂ ਦੀ ਸਿੱਖਿਆ ਹੈ ਫਿਰ ਮੈਂ ਧਾਰਨ ਕਰਾਂਗਾ ਅਸਮਨ ਠਾਨ ਗਿਓ ਨਿਜ ਧਾਮ ਇਸ ਤਰ੍ਹਾਂ ਮਨ ਵਿੱਚ ਭਰੋਸਾ ਕਰਕੇ ਠਾਨ ਕੇ ਰਾਜਾ ਆਪਣੇ ਮਹਿਲਾਂ ਵੱਲ ਚਲਾ ਗਿਆ ਉਪਬਨ ਰਾਜਿਤ ਪੂਰਨ ਕਾਮ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਧੰ ਗੁਰੂ ਨਾਨਕ ਮਹਾਰਾਜ ਬਾਗ ਵਿੱਚ ਹੀ ਮਹਾਰਾਜ ਬਿਰਾਜ ਰਹੇ ਹਨ ਬਹੁਤ ਸੁੰਦਰ ਪਰੰਕ ਪਠਾਏ ਰਾਜੇ ਨੇ ਮਹਾਰਾਜ ਲਈ ਬੜਾ ਸੋਹਣਾ ਪਲੰਘ ਭੇਜਿਆ ਖਾਲਸਾ ਜੀ ਕਿ ਮਹਾਰਾਜ ਪਲੰਘ ਉੱਤੇ ਆਰਾਮ ਕਰਨਗੇ ਪਾਸ਼ਾ ਇੱਥੇ ਥੋੜਾ ਜਿਹਾ ਆਰਾਮ ਕਰਨਗੇ ਪਲੰਘ ਉੱਤੇ ਰਾਜੇ ਨੇ ਪਲੰਘ ਭੇਜਿਆ ਹੈ ਸੇਵਨ ਇਤ ਸੇਵਕ ਤਾਬੇ ਆਏ ਤੇ ਸੇਵਾ ਕਰਨ ਲਈ ਸੇਵਾਦਾਰ ਵੀ ਮਹਾਰਾਜੇ ਕੋਲ ਆ ਗਏ ਰੈਨ ਪਾਏ ਪਦਮਨ ਬੁਲਵਾਈ ਤੇ ਰਾਤ ਦਾ ਸਮਾਂ ਹੋਇਆ ਰਾਜੇ ਨੇ ਪਦਮਨੀਆਂ ਇਸਤਰੀਆਂ ਬੁਲਾਈਆਂ ਖਾਲਸਾ ਜੀ ਇਹ ਵੱਖਰੀ ਵੱਖਰੀ ਜਾਤੀ ਦੀ ਚਾਰ ਤਰ੍ਹਾਂ ਦੀ ਜਾਤੀ ਦੀ ਇਸਤਰੀਆਂ ਹੁੰਦੀਆਂ ਸਭ ਤੋਂ ਸ੍ਰੇਸ਼ਟ ਹੈ ਪਦਮਨੀ ਜਾਤੀ ਦੀ ਇਸਤਰੀ ਰਾਜੇ ਨੇ ਉਹ ਮੰਗਵਾਈਆਂ ਹਨ ਉਪਤ ਤੈ ਸੋ ਗਿਰਾ ਅਲਾਈ ਰਾਜਾ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਬਚਨ ਸੁਣੋ ਸੁੰਦਰ ਸਖੀਆਂ ਲੈ ਕਰ ਸੰਗਾ ਐ ਪਦਮਨੀ ਆਪਣੇ ਨਾਲ ਸੋਹਣੀ ਸਖੀਆਂ ਸੋਹਣੀਆਂ ਸਹੇਲੀਆਂ ਨਾਲ ਲੈ ਕੇ ਤਾਏ ਸੰਤ ਉਪ ਜਾਓ ਅਨੰਗਾ ਜਿਹੜੇ ਬਾਗ ਵੀ ਸੰਤ ਮਹਾਤਮਾ ਬੈਠੇ ਨਾ ਉਨ੍ਹਾਂ ਦੇ ਮਨ ਵਿੱਚ ਕਾਮ ਵਾਸ਼ਨਾ ਪੈਦਾ ਕਰੋ ਜਾਓ ਪਰ ਕਰੋ ਵੀ ਪੂਰਨ ਸੰਤ ਹਨ ਜੇ ਅਜੇ ਵੀ ਕਾਮ ਦੀ ਵਾਸ਼ਨਾ ਪੈਦਾ ਹੋ ਗਈ ਉਹਨਾਂ ਦੇ ਮਨ ਵਿੱਚ ਫਿਰ ਮੈਂ ਸੋਚਾਂਗਾ ਉਹ ਨਾਨਕ ਨਹੀਂ ਕੋਈ ਅਧੂਰੇ ਹਨ ਜੇ ਕਾਮ ਦੀ ਵਾਸ਼ਨਾ ਨਾ ਪੈਦਾ ਹੋਈ ਉਹਨਾਂ ਦੇ ਮਨ ਵਿੱਚ ਫਿਰ ਮੇਰੇ ਗੁਰੂ ਨਾਨਕ ਪਾਤਸ਼ਾਹ ਉਹੀ ਹਨ ਤਿਨ ਸੁਨ ਨਵ ਸਤ ਕੀਨ ਸ਼ਿੰਗਾਰਾ ਤੇ ਉਹਨਾਂ ਪਦਮਨੀ ਇਸਤਰੀ ਨੇ ਸੁਣਿਆ ਹੋਰ ਸਹੇਲੀਆਂ ਨਾਲ ਲਈਆਂ ਤੇ 16 ਸ਼ਿੰਗਾਰ ਕੀਤੇ ਹਨ ਪੂਕਨ ਪਟ ਸੁੰਦਰ ਅੰਜਨ ਡਾਰਾ ਸੋਹਣੇ ਕੱਪੜੇ ਪਾਏ ਸੋਹਣੇ ਗਹਿਣੇ ਪਾਏ ਅੱਖਾਂ ਵਿੱਚ ਉਹਨਾਂ ਨੇ ਸੁਰਮਾ ਪਾਇਆ ਹੈ ਉਪ ਬਨ ਵਿਕੇ ਆਨ ਤਤ ਕਾਲਾ ਉਸੇ ਵੇਲੇ ਇਹ ਸੋਹਣੇ ਹਾਰ ਸ਼ਿੰਗਾਰ ਕਰਕੇ ਇਹ ਪਦਮਨੀ ਇਸਤਰੀਆਂ ਬਾਗ ਵਿੱਚ ਆ ਗਈਆਂ ਰੂਪੇਨੂਪਮ ਰੁਚਰ ਵਿਸਾਲਾ ਜਿਨ੍ਹਾਂ ਦਾ ਸੋਹਣਾ ਸਰੂਪ ਹੈ ਉਪਮਾ ਤੋ ਰਹਿਤ ਬਹੁਤ ਸੁੰਦਰ ਇਸਤਰੀਆਂ ਹਨ ਗੋਰ ਰੰਗ ਕੰਚਨ ਗਜ ਗੋਨੀ ਗੋਰੇ ਰੰਗ ਵਾਲੀਆਂ ਖਾਲਸਾ ਜੀ ਕਹ ਲੋ ਬਿਲਕੁਲ ਗੋਰਾ ਰੰਗ ਹੈ ਤੇ ਹਾਥੀ ਦੇ ਚਾਲ ਵਰਗੀਆਂ ਹਨ ਪਛਮੇਚਕ ਜਨਕੰਦਰ ਪਛੋਨੀ ਤੇ ਮੰਨੋ ਖਾਲਸਾ ਜੀ ਕਾਮ ਦੇਵ ਇਹ ਕਾਮਦੇਵਤਾ ਜੇ ਬੱਚਾ ਹੈ ਉਹਨਾਂ ਦੇ ਕਹ ਲੋ ਰੰਗ ਵਰਗੀਆਂ ਭਾਪ ਕਾਲਾ ਰੰਗ ਹੈ ਕਾਲੇ ਰੰਗ ਵਾਲੇ ਕੇਸ ਹਨ ਇਹਨਾਂ ਦੇ ਪੀਨ ਉਰੋਜਨ ਖੰਜਨ ਨੈਨੀ ਇਹਨਾਂ ਦੇ ਅਸਥਨ ਮੋਟੇ ਹਨ ਤੇ ਮਮੋਲੇ ਵਰਗੇ ਨੇਤਰ ਹਨ ਜਿਨ੍ਹਾਂ ਦੇ ਅਟ ਚਿਨ ਚੀਨ ਕੋਕਲਾ ਬੈਨੀ ਤੇ ਜਿਨ੍ਹਾਂ ਦੀ ਲਗ ਪਤਲੀ ਹੈ ਕੋਲ ਵਰਗੇ ਬਚਨ ਹਨ ਇਹਨਾਂ ਦੇ ਬਰਖ ਚਤੁਰ ਦਸ ਕੀ ਕੈ ਬੈਸਾ ਤੇ ਕਈਆਂ ਦੀ ਉਮਰ 14 ਸਾਲ ਦੀ ਹੈ ਖਾਲਸਾ ਜੀਓ ਕੋ ਖੋੜਸ ਕੀ ਰੂਪ ਸੁਦੇਸ਼ਾ ਤੇ ਕਈਆਂ ਦੀ ਉਮਰ ਲਗਭਗ ਖੋੜਸ ਕਹਿੰਦੇ 16 ਸਾਲ ਕਈ 14 ਸਾਲ ਦੀ ਪਤਨੀ ਇਸਤਰੀਆਂ ਤੇ ਕਈ 16 ਸਾਲ ਦੀਆਂ ਹਨ ਚਲ ਤੋ ਤੂ ਪੂਖਨ ਚੁਨਕਾਰਾ ਜਦੋਂ ਚੱਲ ਚੱਲ ਕੇ ਆ ਰਹੀਆਂ ਇਹਨਾਂ ਦੇ ਗਹਿਣੇ ਦੀ ਆਵਾਜ਼ ਆ ਰਹੀ ਹੈ ਮਨੋ ਮਦਨ ਕੋ ਬਜਤ ਨਗਾਰਾ ਮਾਨੋ ਕਾਮ ਦਾ ਨਗਾਰਾ ਵਜਦਾ ਹੋਵੇ ਇਹ ਗਹਿਣਿਆਂ ਦੀ ਆਵਾਜ਼ ਨਹੀਂ ਮਾਨੋ ਕਾਮ ਨਗਾਰੇ ਵਜਾਂਦਾ ਹੋਵੇ ਜਿਨ ਕੋ ਚਿਤਵਨ ਬਾਨ ਸਮਾਨਾ ਤੇ ਜਿਨ੍ਹਾਂ ਦਾ ਚਿਤਵਨਾ ਹੀ ਸੋਚਨਾ ਹੀ ਤੀਰ ਲੱਗਦੇ ਹਿਰਦੇ ਵਿੱਚ ਇਕ ਆਮ ਦੇ ਜਿਹੜੇ ਪੰਜ ਤੀਰ ਹਨ ਉਚਾਟਨ ਵਸ਼ੀਕਰਨ ਆਦਿਕ ਮਨੋਂ ਅੰਦਰ ਤੀਰ ਵੱਜਦੇ ਹੋਣ ਪ੍ਰਕੋਟੀ ਕੁਟਲ ਤਨੁਖ ਪਰਮਾਨਾ ਜਿਵੇਂ ਤਨੁਖ ਕਠੋਰ ਹੁੰਦਾ ਤਿੱਖਾ ਹੁੰਦਾ ਨਾ ਇਹਨਾਂ ਦੀ ਅੱਖਾਂ ਦੀਆਂ ਪ੍ਰਕੋਟੀਆਂ ਇਸ ਤਰ੍ਹਾਂ ਤਿੱਖੀਆਂ ਹਨ ਮਨੋ ਭੂਪ ਇਕ ਕੀਨ ਬਹਾਨਾ ਮਨੋ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਾਬੂ ਕਰਨ ਲਈ ਪਰਖਣ ਲਈ ਕਿ ਪਰਖਾ ਅਸਲੀ ਸੰਤ ਇਹੀ ਹਨ ਇਹ ਬਹਾਨਾ ਬਣਾਇਆ ਹੈ ਇਸਤਰੀਆਂ ਤਾਰ ਭੇਜੀਆਂ ਹਨ ਆ ਵਾ ਮਦਨ ਕਰਨ ਪਤਿਆਨਾ ਤੇ ਮਾਨੋ ਮਦਨ ਕਾਮ ਆਪ ਗੁਰੂ ਨਾਨਕ ਬਾਦਸ਼ਾਹ ਦੀ ਪਰਖ ਕੈ ਲੈਣ ਲਈ ਆ ਗਿਆ ਹੈ ਜਿਵੇਂ ਅਰਬਿੰਦ ਬिलोचन ਰਾਜਤ ਜਿੱਥੇ ਖਾਲਸਾ ਜਿ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਮਹਾਰਾਜ ਬਿਰਾਜਮਾਨ ਹਨ ਤੇ ਬੈਸੀ ਜਿਨ ਪਿਖ ਰਤ ਲਾਜਿਤ ਜਿਨਾਂ ਨੂੰ ਵੇਖ ਕੇ ਕਾਮਦੇ ਵੀ ਲੱਜਾਵਾਨ ਹੁੰਦਾ ਹੈ ਖਾਲਸਾ ਜੀ ਉਹ ਇਸ ਤਰ੍ਹਾਂ ਦੀ ਸੋਹਣੀਆਂ ਇਸਤਰੀਆਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਬੈਠ ਗਈਆਂ ਪਰ ਕਮਲਨ ਸੋ ਚਰਨ ਮੁਕੰਦਾ ਤੇ ਖਾਲਸਾ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਜਿਹੜੇ ਕਮਲ ਹਨ ਉਹਨਾਂ ਨੇ ਸਪਰਸ਼ ਕੀਤਾ ਹੈ ਜਾਂਪਤ ਪੀਤਰ ਹਿਦੇ ਅਨੰਦਾ ਗੁਰੂ ਪਾਤਸ਼ਾਹ ਦੇ ਜਿਹੜੇ ਚਰਨ ਕਮਲ ਉਹਨੂੰ ਕੁੱਟਣ ਲੱਗੀਆਂ ਸਪਰਸ਼ ਕਰਨ ਲੱਗੀਆਂ ਕਿ ਮਾਨੋ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਦਾ ਹੋ ਗਿਆ ਹੋਵੇ ਆਖੋ ਸਤਨਾਮ ਸ੍ਰੀ ਵਾਹਿ ਜਿਸ ਵੇਲੇ ਦਰਸ਼ਨ ਪਰਚਨ ਕੀਤੇ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਸਪਰਸ਼ ਕੀਤੇ ਤੇ ਲਗਭਗ ਇਹਨਾਂ ਦੇ ਮਨ ਵਿੱਚ ਵੀ ਆਨੰਦ ਪੈਣਾ ਸ਼ੁਰੂ ਹੋ ਗਿਆ ਭਾਵ ਆਨੰਦ ਆਣਾ ਸ਼ੁਰੂ ਹੋ ਗਿਆ ਮੰਦ ਮੰਦ ਕਰ ਮੁਖ ਮੁਸ਼ਕਾਵਨ ਤੇ ਫਿਰ ਵੀ ਕਾਮ ਆਪਣੀ ਕਾਲੋ ਪਰਖ ਕਰਾ ਕਰ ਰਿਹਾ ਹੈ ਤੇ ਮੰਦ ਮੰਦ ਕਰਕੇ ਇਹ ਬੀਬੀਆਂ ਮੁਸਕਰਾਣ ਲਗੀਆਂ ਰਿਦੇ ਚੈਤ ਐ ਮਦਨ ਬਡਾਵਨ ਮਨ ਵਿੱਚ ਇਹ ਚਾਹੁੰਦੀਆਂ ਹਨ ਕਿ ਅਸੀਂ ਕਾਮ ਦੀ ਵਾਸ਼ਨਾ ਪੈਦਾ ਕਰੀਏ ਇਹਨਾਂ ਦੇ ਮਨ ਵਿੱਚ ਪਰ ਕਟਾਕ ਗੁਰ ਔਰ ਨਿਹਾਰੀ ਸਿੱਖੇ ਨੇਤਰ ਕਰਕੇ ਮਹਾਰਾਜਵਾਲ ਵੇਖਣ ਲਗੀਆਂ ਮਦੁਰ ਮ੍ਰਦੁਲ ਮੁਖ ਗਿਰਾ ਉਚਾਰੀ ਇਹ ਆਪਣੇ ਮੁਖ ਤੋਂ ਬੜੇ ਮਿੱਠੇ ਕੋਮਲ ਬਚਨ ਕਹਿਣ ਲਗੀਆਂ ਮਨੋ ਕਾਮਕੀ ਬਾਜੀ ਬੀਨਾ ਉਹ ਇੱਕ ਕਾਮ ਦੀ ਵੀਣਾ ਬਿਨਾ ਬਜਰੀ ਹੋਵੇ ਖਾਲਸਾ ਜੀ ਇਹਨਾਂ ਦੇ ਬਚਨ ਨਹੀਂ ਇਮਾਨੋ ਕਾਮ ਦੀ ਵੀਣਾ ਵਜਾਰੀਆਂ ਹੋਣ ਜੋ ਸੁਰਮੁਨੀ ਕੋ ਕਰਤੇ ਅਧੀਨਾ ਉਹ ਕਾਮ ਦੀ ਵੀਣਾ ਤੇ ਵੱਡੇ ਵੱਡੇ ਦੇਵਤਿਆਂ ਨੂੰ ਮੋਹਿਤ ਕਰ ਦਿੰਦੀ ਹੈ ਬ੍ਰਹਮਾ ਵਰਗੇ ਮੋਹਿਤ ਹੋਗੇ ਇੰਦਰ ਵਰਗੇ ਮੋਹਿਤ ਹੋਗੇ ਇਮਾਨੋਂ ਸਾਰੇ ਦੇਵਤੇ ਮੁਨੀਆਂ ਨੂੰ ਇਹ ਮੋਹਿਤ ਕਰਨ ਵਾਲੀਆਂ ਹੋਣਾ ਸੁਨੋ ਸੰਤ ਜੀ ਬਚਨਨ ਪੂਰੇ ਇਹ ਕਹਿਣ ਲੱਗਿਆ ਸੁਨੋ ਸੰਤ ਜੀ ਸੰਤ ਜੀ ਤੁਸੀਂ ਸਾਡੇ ਬਚਨ ਸੁਣੋ ਭਾਵੇਂ ਤੁਸੀਂ ਪੂਰੇ ਸੰਤ ਹੋਵੋਗੇ ਹੋ ਆਈ ਦਰਸ਼ਨ ਇਤ ਰੂਰੇ ਅਸੀਂ ਤੁਹਾਡੇ ਦਰਸ਼ਨ ਕਰਨ ਲਈ ਆਈਆਂ ਹਾਂ ਵਾਡੇ ਸੁੰਦਰ ਦਰਸ਼ਨ ਕਰਨ ਲਈ ਅਸੀਂ ਆਈਆਂ ਹਾਂ ਸ਼ੰਕਾਤ ਜੀਏ ਬਦਨ ਮੈਂਕੇ ਐ ਮੈਂਕ ਬਦਨ ਐ ਚੰ드ਰਮਾ ਵਰਗੇ ਮੁਖੜੇ ਵਾਲੇ ਸਤਿਗੁਰੂ ਮਹਾਰਾਜ ਹਨ ਜੀ ਮਨ ਦੀ ਸ਼ੰਕਾ ਛੱਡ ਦੋ ਹਮੇ ਬੀ ਲੋਕ ਕਟਾਖਨ ਬੰਕੇ ਸਾਡੇ ਵੱਲ ਵੇਖੋ ਸਾਡੇ ਜਿਹੜੇ ਕਟਾਖ ਤਿੱਖੇ ਨੇਤਰ ਹਨ ਬੜੇ ਸੁੰਦਰ ਨੇਤਰ ਹਨ ਸਾਡੇ ਵੱਲ ਵੇਖੋ ਇਸਤਰੀਨ ਮੈਂ ਜੋ ਪਦਮਨ ਜਾਤੀ ਤੇ ਜਿਹੜੀ ਇਸਤਰੀਆਂ ਵਿੱਚ ਪਦਮਨ ਜਾਤੀ ਸਭ ਤੋਂ શ્રેષ્ઠ ਜਾਤੀ ਹੈ ਅਸੀਂ ਉਹ ਆਈਆਂ ਹਾਂ ਸੋ ਮੁਝ ਮੈਂ ਲਖਣ ਬਖਿਆਤੀ ਐ ਸੰਜੀ ਉਹ ਲਖਣ ਮੇਰੇ ਵਿੱਚ ਹਨ ਉਹ ਜਿਹੜੇ 32 ਲਖਣ ਹਨ ਉਹ 16 ਸ਼ਿੰਗਾਰ ਕਰਕੇ ਮੈਂ ਆਈ ਹਾਂ ਰੋਚਰ ਸਰੂਪ ਅਨੂਪਿਆ ਮੋਲਾ ਮੇਰਾ ਸੋਹਣਾ ਸਰੂਪ ਹੈ ਅਮੋਲਕ ਸਰੂਪ ਹੈ ਮਿਲ ਮਨ ਪਾਵਤ ਕਰੋ ਕਲੋਲਾ ਆਓ ਮੇਰੇ ਨਾਲ ਮਿਲ ਕੇ ਆਪਣੇ ਮਨ ਦਾ ਜਿਹੜਾ ਕਾਮ ਹੈ ਉਹਨੂੰ ਪੂਰਾ ਕਰੋ ਕਿਰਪਾ ਸਿੰਧ ਕਰ ਕਿਰਪਾ ਵਿਸਾਲਾ ਸਤਿਗੁਰ ਨਾਨਕ ਬਾਦਸ਼ਾਹ ਕਿਰਪਾ ਦੇ ਸਿੰਧ ਕਿਰਪਾ ਦੇ ਸਾਗਰ ਜਦੋਂ ਪਾਤਸ਼ਾਹ ਨੇ ਕਿਰਪਾ ਕਟਾਕਿ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਕਾਮ ਦੀ ਵਾਸ਼ਨਾ ਦੂਰ ਕਰਨ ਲਈ ਇਹਨਾਂ ਦੇ ਹਿਰਦੇ ਵਿੱਚੋਂ ਮਹਾਰਾਜ ਜੀ ਆਪਣੇ ਮੁਖਾਰ ਬਿੰਤੋ ਉਚਾਰਨ ਕਰਨ ਲਗੇ ਪੂਰੋ ਸਰਦਾ ਕਰੋ ਨਿਹਾਲਾ ਤੇ ਪੂਰਨ ਸਰਦਾ ਪੈਦਾ ਕਰਨ ਲਈ ਮਹਾਰਾਜ ਜੀ ਨੇ ਇਹਨਾਂ ਵੱਲ ਜਦੋਂ ਨੇਤਰ ਕੀਤੇ ਹਨ ਅਸ ਜਬ ਬਾਨੀ ਪਨੀ ਅਧੀਨਾ ਐਸੇ ਪਾਤਸ਼ਾਹ ਨੇ ਜਦੋਂ ਬਚਨ ਆਖੇ ਹਨ ਬੋਲੇ ਸ਼੍ਰੀ ਗੁਰੂ ਗੋਨੀ ਪ੍ਰਬੀਨਾ ਇਹਨਾਂ ਦੇ ਬਚਨ ਕਾਮ ਵਰਗੇ ਤਿੱਖੇ ਤੀਰ ਸਨ ਗੁਰੂ ਨਾਨਕ ਪਾਤਸ਼ਾਹ ਨੂੰ ਮੋਹਿਤ ਕਰਨ ਵਾਲੇ ਤੀਰ ਮਾਰੇ ਜਦੋਂ ਇਹਨਾਂ ਨੇ ਤੇ ਇਹਨਾਂ ਦੇ ਤੀਰਾਂ ਨੂੰ ਕਹਿ ਲੋ ਖਤਮ ਕਰਨ ਲਈ ਕਾਮ ਦੇ ਤੀਰਾਂ ਨੂੰ ਖਤਮ ਕਰਨ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਖਾਲਸਾ ਜੀ ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਕੋਈ ਤੀਰ ਨਹੀਂ ਹੋਵੇਗਾ ਹੋਰ ਕੋਈ ਜਬ ਤਬ ਨਹੀਂ ਚੱਲਦਾ ਖਾਲਸਾ ਜੀ ਗੁਰੂ ਦੀ ਬਖਸ਼ਿਸ਼ ਹਲਦੀ ਹੈ ਤੇ ਕਾਮ ਦੇ ਤੀਰਾਂ ਨੂੰ ਮਹਾਰਾਜ ਜੀ ਨੇ ਖਾਲਸਾ ਨਿਸ਼ਫਲ ਕਰਨ ਲਈ ਖਤਮ ਕਰਨ ਲਈ ਮਹਾਰਾਜ ਜੀ ਨੇ ਬਖਸ਼ਿਸ਼ ਭਰੇ ਬਚਨ ਉਚਾਰਨ ਕੀਤੇ ਸਤਨਾਮ ਸਿਮਰੋ ਸੁਖ ਪਾਰੀ ਪਾਤਸ਼ਾਹ ਕਹਿਣਗੇ ਬੇਟਿਓ ਸਤਨਾਮ ਦਾ ਸਿਮਰਨ ਕਰੋ ਇਹੀ ਸੁਖ ਦੇਣ ਵਾਲਾ ਹੈ ਭਾਰੀ ਸੁਖ ਦੇਣ ਵਾਲਾ ਵਾਹਿਗੁਰੂ ਨਾਮ ਹੈ ਵਾਹਿਗੁਰੂ ਨਾਮ ਜਪੋ ਸਫਲ ਜਨਮ ਕਰ ਲਿਓ ਏ ਬਾਰੀ ਇਸ ਵਾਰੀ ਆਪਣਾ ਜਨਮ ਸਫਲਾ ਕਰ ਲਓ ਤਤ ਨਾਮ ਦਾ ਜਾਪ ਕਰ ਲੋ ਮੌਕਾ ਹੈ ਹੁਣ ਜੇ ਇਹ ਵਾਰੀ ਜਰਮਨਾ ਸਫਲਾ ਕਰ ਸਕੇ ਫਿਰ ਕਦੋਂ ਕਰਨਗੀਆਂ ਵਿਸ਼ੇ ਸਾਧ ਮੈਂ ਬੈਸ ਨਾ ਖੋਵੋ ਆਪਣੀ ਉਮਰ ਐਵੇਂ ਨਾ ਗਵਾਵੋ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਹਰ ਵੇਲੇ ਕਾਮ ਦੀ ਵਾਸ਼ਨਾ ਅਧੀਨ ਰਹਿ ਕੇ ਆਪਣਾ ਜੀਵਨ ਵਿਰਥ ਨਾ ਗਵਾਵੋ ਹਰ ਕੋ ਪਜੋ ਮੁਕਤ ਸਭ ਹੋਵੋ اے ਬੇਟਿਓ ਰੱਬ ਦਾ ਭਜਨ ਕਰੋ ਤਾਨੂੰ ਸਭ ਤੋਂ ਤੁਹਾਨੂੰ ਮੁਕਤੀਦਾਨ ਮਿਲੇਗਾ ਤੁਹਾਡੀ ਸਭ ਦੀ ਮੁਕਤੀ ਹੋਵੇਗੀ ਫਿਕਰ ਨਾ ਕਰੋ ਸੋਰਠਾ ਹਮ ਸੋ ਕੀ ਜੇ ਭੋਗ ਪਨਤ ਪਈ ਪੁਨੀ ਅੰਗਨਾ ਉਹ ਅੰਗਨਾ ਉਹ ਪਦਮਨੀ ਇਸਤਰੀ ਕਹਿਣ ਲੱਗੀ ਜੀ ਛੱਡੋ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਸਤਨਾਮ ਦਾ ਭਜਨ ਕਰੋ ਉਹਨੂੰ ਪਰੇ ਕਰੋ ਪਹਿਨਾ ਹਾਡੇ ਨਾਂ ਲਾ ਕੇ ਤੁਸੀਂ ਭੋਗ ਬਿਲਾਸ ਕਰ ਲੋ ਹੋ ਤਮ ਪੂਰਨ ਜੋਗ ਪੂਰਨ ਕਰੀਏ ਕਾਮਨਾ ਤੁਸੀਂ ਜੈਸੇ ਮਰਜ਼ੀ ਪੂਰਨ ਜੋਗੀ ਹੋ ਜੋ ਮਰਜ਼ੀ ਕਰੋ ਪਰ ਇਸ ਵੇਲੇ ਆਪਣੀ ਕਾਮ ਦੀ ਵਾਸ਼ਨਾ ਪੂਰੀ ਕਰ ਲੋ ਤਿੰਨ ਕੇ ਸੁਨ ਕਰ ਬੈਨ ਸ਼੍ਰੀ ਨਾਨਕ ਬੋਲਤ ਪਾਏ ਉਹਨਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਮੁਖਾਰ ਬਿੰਦੋ ਬਚਨ ਉਚਾਰਨ ਕੀਤਾ ਹੈ ਹੋਏ ਰਦੇ ਸੁਖ ਚੈਨ ਸ਼ਬਦ ਕਮਾਉਣ ਕੀ ਜੀਏ ਤੇ ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਵੀ ਸ਼ਬਦ ਦੀ ਕਮਾਈ ਕਰੋ ਤੁਹਾਡੇ ਮਨ ਵਿੱਚ ਚੈਨ ਆਨੰਦ ਸੁਖ ਮਿਲੇਗਾ ਤੁਹਾਡੇ ਮਨ ਨੂੰ ਜਦੋਂ ਬਾਦਸ਼ਾਹ ਨੇ ਇਹ ਬਚਨ ਹੁਣ ਸ਼ਬਦ ਉਚਾਰਨ ਕੀਤਾ ਹੈ ਸ੍ਰੀ ਮੁਖਵਾਕ ਆਸਾ ਕਰ ਛੇਵਾ ਮਹੱਲਾ ਪਹਿਲਾ ਤਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਰਾਗ ਵਿੱਚ ਇਹ ਪਾਵਨ ਸ਼ਬਦ ਹੈ ਖਾਲਸਾ ਜੀਓ ਛੇਵੇਂ ਸੁਰ ਤਾਲ ਵਿੱਚ ਇਸ ਨੂੰ ਗਾਇਨ ਕਰਨਾ ਹੈ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ ਪਾਤਸ਼ਾਹ ਕਨੇ ਸੁਣੋ ਬੇਟਿਓ ਹਾਰ ਸ਼ਿੰਗਾਰ ਕਰਕੇ ਆਈਆਂ ਹਾਂ ਭਲਾ ਹੋਵੇ ਤੁਹਾਡਾ ਹੁਣ ਜਿਹੜਾ ਅੰਦਲਾ ਹਾਰ ਸ਼ਿੰਗਾਰ ਕਰਨਾ ਉਹ ਵੀ ਦੇਖ ਲਓ ਬੇਟਿਓ ਮਨ ਮੋਤੀ ਜੇ ਗਹਿਣਾ ਹੋਵੇ ਏ ਮਨ ਮੋਤੀ ਝੂਰ ਗਹਿਣਾ ਬਣ ਜਾਵੇ। ਇਹ ਐਸਾ ਮੋਤੀ ਗਹਿਣਾ ਬਣੇ ਜੇ ਇਹ ਹੋ ਜਾਵੇ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂ ਧਾਰੀ ਤੇ ਹਵਾ ਵਿੱਚੋਂ ਧਾਗਾ ਬਣ ਜਾਵੇ ਹਵਾ ਕੀ ਤੇ ਜਿਹੜੇ ਸਾਰੇ ਹਨ ਇਹ ਸਾਹ ਵਾਹਿਗੁਰੂ ਸ਼ਬਦ ਇਹ ਪਵਨ ਗੁਰੂ ਹੈ। ਜਿਹੜਾ ਪਵਨ ਗੁਰੂ ਵਾਹਿਗੁਰੂ ਸ਼ਬਦ ਹੈ ਸਵਾਸ ਸਵਾਸ ਵਾਹਿਗੁਰੂ ਜਪਣਾ ਇਹ ਵਿੱਚੋਂ ਧਾਗਾ ਲੰਗਾਉਣਾ ਹੈ ਮਨ ਵਿੱਚੋਂ ਮਨ ਬੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਸੂਤ ਧਾਰਨ ਕਰਨਾ ਧਾਰੀ ਕਹਿੰਦੇ ਧਾਰਨ ਕਰਦਾ ਉਹ ਭਾਈ ਐਸਾ ਸੂਤਰ ਧਾਗਾ ਧਾਰਨ ਕਰੋ ਇਸ ਵਾਸ ਵਾਸ ਵਾਹਿਗੁਰੂ ਬਸ ਅੰਦਰ ਚੱਲਦਾ ਰਹੇ ਬਸ ਇਹ ਮਨ ਨੂੰ ਵਿਨ ਕੇ ਲੰਘ ਜਾਵੇ ਮੋਤੀ ਨੂੰ ਵਿਨ ਕੇ ਧਾਗਾ ਪੈ ਜਾਂਦਾ ਹੈ ਖਾਲਸਾ ਜੀ ਮਨ ਨੂੰ ਵਿਨ ਕੇ ਇਹ ਵਾਹਿਗੁਰੂ ਸ਼ਬਦ ਸਵਾਸ ਸਵਾਸ ਅੰਦਰ ਚੱਲਦਾ ਰਹੇ ਚੱਲਦਾ ਰਹੇ ਬੇਟੀਆਂ ਇਹ ਗਹਿਣਾ ਪਾਓ ਕਾਮ ਦੀ ਵਾਸ਼ਨਾ ਆਪੇ ਸ਼ਾਂਤ ਹੋ ਜਾਵੇਗੀ ਆਪੇ ਸਹਿਜ ਰਸ ਪ੍ਰੇਮ ਆਵੇਗਾ ਮਨ ਮੋਤੀ ਜੇ ਗਹਿਣਾ ਹੋਵੇ ਇਹ ਗਹਿਣੇ ਪਾਉ ਨਾ ਬਾਹਰਲੇ ਗਹਿਣੇ ਤਾਂ ਕਾਮ ਦੀ ਵਾਸ਼ਨਾ ਵਧਾਉਂਦੇ ਹਨ ਉਹ ਮਨ ਨੂੰ ਮੋਤੀ ਬਣਾ ਲਓ ਗਹਿਣਾ ਬਣਾ ਲਓ ਵਾਸ ਵਾਸ ਸਿਮਰਨ ਮੰਨ ਦੇ ਵਿੱਚ ਚਲਾਓ ਵਾਹਿਗੁਰੂ ਵਾਹਿਗੁਰੂ ਜਪੋ ਆਪਣੇ ਆਪ ਹੀ ਮਨ ਟਿਕ ਜਾਵੇਗਾ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ 라ਵੇ ਲਾਲ ਪਿਆਰੀ ਫਿਰ ਖਿਮਾ ਦਾ ਸ਼ਿੰਗਾਰ ਕਰਨਾ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ ਕਾਮਣ ਇਹ ਕਾਮਣੀ ਇੱਛਾ ਵਾਲੀ ਆਪਣੇ ਸਰੀਰ ਤੇ ਖਿਮਾ ਦਾ ਸ਼ਿੰਗਾਰ ਧਾਰਨ ਕਰ। ਰਾਵੇ ਲਾਲ ਪਿਆਰੀ ਜੋ ਲਾਲ ਪ੍ਰਮਾਤਮਾ ਹੈ। ਉਹਨੂੰ ਤੁਸੀਂ ਫਿਰ ਉਹਦਾ ਆਨੰਦ ਮਾਣੋਗੇ। ਅੰਦਰ ਖਿਮਾ ਧਾਰਨ ਕਰੋ ਬਸ। ਖਿਮਾ ਕਹਿੰਦੇ ਕਿਸੇ ਦੀ ਵਧੇਕੀ ਨੂੰ ਦੇਖ ਕੇ ਮਾਫ ਕਰ ਦੇਣਾ ਇਹ ਖਿਮਾ ਹੈ। ਕਿਸੇ ਦੇ ਔਗਣ ਵੇਖ ਕੇ ਉਨ ਨੂੰ ਅਣਡਿੱਟ ਕਰ ਦੇਣਾ ਇੱਕ ਖਿਮਾ ਹੈ ਕਿਸੇ ਦੇ ਕੋੜੇ ਬਚਨ ਸੁਣ ਕੇ ਅਣ ਸੁਣੇ ਕਰ ਦੇਣੇ ਖਿਮਾ ਹੈ ਸਹਿਣ ਕਰਨਾ ਇੱਕ ਖਿਮਾ ਹੈ ਚਾਰ ਤਰ੍ਹਾਂ ਦੀ ਮਾਪੁਰਖਾਂ ਨੇ ਰਹਿਣੀ ਦੱਸੀਏ ਰਹਿਣੀ ਬਹਿਣੀ ਕਹਿਣੀ ਸਹਿਣੀ ਇਹ ਸਹਿਣੀ ਹੈ ਰਹਿਣੀ ਬਹਿਣੀ ਕਹਿਣੀ ਸਹਿਣੀ ਇਹੀ ਤਾਂ ਖਿਮਾ ਹੈ ਸਹਿਨ ਕਰਨਾ ਕੋਈ ਕੋੜੇ ਵਚਨ ਕਹਿ ਰਿਹਾ ਹੈ ਉਹ ਸੁਣ ਕੇ ਅਣ ਸੁਣੇ ਕਰ ਦੇਣੇ ਕੁਛ ਨਹੀਂ ਕਹਿਣਾ ਨੂੰ ਖਿਮਾ ਕਰ ਦੇਣੇ ਭੀ ਭਲਾ ਹੋਵੇ ਤੇਰਾ ਐ ਬੇਟੀ ਇਹ ਗਹਿਣਾ ਪਾਓ ਇਹ ਸ਼ਿੰਗਾਰ ਕਰੋ ਇਹ ਤੁਹਾਡੀ ਸੁੰਦਰਤਾ ਵਧਾਵੇਗਾ ਸਰੀਰ ਦੀ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ ਰਾਵੇ ਲਾਲ ਪਿਆਰੀ ਓ ਲਾਲ ਪ੍ਰਵਾਤਮਾ ਤਾ ਤੁਹਾਨੂੰ ਰਾਵੇਗਾ ਤੁਹਾਨੂੰ ਪ੍ਰਾਪਤ ਕਰੇਗਾ ਤੁਹਾਡਾ ਆਨੰਦ ਉਹ ਮਾਣੇਗਾ ਤੁਸੀਂ ਉਹਦਾ ਆਨੰਦ ਮਾਣੋngੀਆਂ ਲਾਲ ਬਹੁ ਗੁਣ ਕਾਮਣ ਮੋਈ ਐ ਕਾਮਣੀ ਐ ਪਦਮਨੀ ਇਸਤਰੀ ਐ ਮੇਰੇ ਮਨਾ ਉਹ ਲਾਲ ਵਿੱਚ ਬੜੇ ਗੁਣ ਹਨ ਲਾਲ ਬਹੁ ਗੁਣ ਬਹੁ ਗੁਣ ਹਨ ਉਹ ਸਾਰੇ ਗੁਣਾ ਕਰਕੇ ਭਰਪੂਰ ਹੈ ਵਾਹਿਗੁਰੂ ਤੇ ਜਿਹੜੀ ਕਾਮਣ ਜੀਵ ਰੂਪੀ ਇਸਤਰੀ ਹੈ ਉਹਦੇ ਗੁਣਾ ਕਰਕੇ ਮੋਹਿਤ ਹੋ ਜਾਵੇ ਇਤਨੇ ਗੁਣ ਸਹਿਜ ਟਿਕਾ ਬਿਠ ਬੋਲਣਾ ਸਹਿਨਸ਼ੀਲ ਨਿਮਰਤਾ ਸਵਾਸ ਸਵਾ ਸਿਮਰਨ ਖਿਮਾ ਇਹ ਸਾਰੇ ਗੁਣ ਉਸ ਵਾਹਿਗੁਰੂ ਵਿੱਚ ਹਨ ਖਾਲਸਾ ਜੀਓ ਲਾਲ ਬਹੁ ਗੁਣਾ ਕਾਮਣ ਮੋਹੀ ਉਹਦੇ ਬੜੇ ਗੁਣਾ ਕਰਕੇ ਬਹੁਤੇ ਵੂੜਾਂ ਕਰਕੇ ਕਾਮਣੀ ਜੀਵ ਰੂਪੀ ਸਤਰੀ ਉਹਦੇ ਵੱਲ ਮੋਹਿਤ ਹੋ ਗਈ ਏ ਉਦੇ ਵੱਲ ਆਕਰਸ਼ਿਤ ਹੋ ਗਈ ਹੈ ਤੇਰੇ ਗੁਣ ਹੋਏ ਨਾ ਅਵਰੀ ਐ ਰੱਬ ਜੀ ਐ ਲਾਲ ਜੀ ਤੇਰੇ ਗੁਣ ਕਿਸੇ ਹੋਰ ਵਿੱਚ ਨਹੀਂ ਹੋਣੇ ਤੇਰੇ ਗੁਣ ਹੋਏ ਨਾ ਅਵਰੀ ਕਿਸੇ ਹੋਰ ਵਿੱਚ ਨਹੀਂ ਤੇਰੇ ਵਿੱਚ ਹੀ ਹਨ ਜੋ ਗੁਣ ਪ੍ਰਮਾਤਮਾ ਦੇ ਵਿੱਚ ਹਨ ਖਾਲਸਾ ਕਿਸੇ ਬੰਦੇ ਵਿੱਚ ਨਹੀਂ ਹੋ ਸਕਦੇ ਇੱਕ ਗੁਣ ਹੋਵੇਗਾ ਦੋ ਹੋਣਗੇ ਚਾਰ ਹੋਣਗੇ 10 ਹੋਣਗੇ ਨਾ ਸਾਰੇ ਗੁਣਾਂ ਕਰਕੇ ਤਾਂ ਵਾਹਿਗੁਰੂ ਪਰਪੂਰ ਹੈ ਐ ਮੇਰੇ ਲਾਲ ਸਾਰੇ ਗੁਣ ਤੇਰੇ ਵਿੱਚ ਹੀ ਹਨ ਤੇਰੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ ਹੋਣੇ ਰਹਾਓ ਬਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ ਹਰ ਹਰ ਹਾਰ ਕੰਠ ਲੇ ਪੈਰੇ ਦਾ ਮੋਦਰਦੰਤ ਲਈ ਹਰ ਹਰ ਹਾਰ ਕੰਠਲੇ ਪਹਿਰੇ ਵਾਹਿਗੁਰੂ ਵਾਹਿਗੁਰੂ ਇਹ ਹਾਰ ਗਲੇ ਦਾ ਬਣਾਉਣਾ ਹੈ ਗਲਾ ਹਾਰ ਪਾਉਂਦਾ ਹੈ ਗਲੇ 'ਚ ਹਾਰ ਪਾਉਂਦੇ ਆ ਕਿਦਰੀ ਸ਼ਿੰਗਾਰ ਲਈ ਲੋਕਾਂ ਨੂੰ ਵਿਖਾਣ ਲਈ ਉਹ ਭਾਈ ਕਹੀ ਮਾਰੀ ਗਲਾ ਹੀ ਵੱਡ ਕੇ ਲੈਣ ਤੇ ਲੋਕੀ ਚੰਗਾ ਹਾਰ ਪਾਇਆ ਓਕੇ ਗੜਾਈ ਵੱਢ ਕੇ ਲੈ ਗੇ ਲੈ ਤੇਰਾ ਖਿੱਚ ਕੇ ਧਰੂਕੇ ਲੈ ਗੇ ਤੈਨੂੰ ਇਹ ਵਾਹਿਗੁਰੂ ਨਾਮ ਸ਼ਬਦ ਦਾ ਹਾਰ ਪਾ ਲਿਆ ਫਿਰ ਜਮਕਾਰ ਵੀ ਧਰੂਕੇ ਨਹੀਂ ਲੈ ਕੇ ਜਾਣਗੇ ਲੋਕੀ ਤਾਂ ਧਰੂਕੇ ਖਿੱਚ ਕੇ ਲੈ ਜਾਂਦੇ ਜਿਹਦੇ ਹਿਰਦੇ ਚ ਹਰ ਹਰ ਹਾਰ ਕੰਠਲੇ ਪਹਿਰੇ ਗਲੇ ਵਿੱਚ ਵਾਹਿਗੁਰੂ ਇਹ ਗਲੇ ਤੋਂ ਅੰਦਰ ਜਾਵੇਗਾ ਖਾਲਸਾ ਜੀ ਇਹ ਸਵਾਸ ਸਵਾਸ ਸਿਮਰਨ ਵਿੱਚ ਆਪੇ ਪਰੋ ਦੇਵੇਗਾ ਦਾਮੋਦਰ ਦੰਤ ਲਈ ਦਾਮੋਦਰ ਵਾਹਿਗੁਰੂ ਦਾਮ ਉਧਰ ਦੁਆਪਰ ਵਿੱਚ ਉਸ ਵੇਲੇ ਦੇ ਅਵਤਾਰੀ ਪੁਰਖ ਕ੍ਰਿਸ਼ਨ ਜੀ ਜੋ ਉਸ ਵੇਲੇ ਦੇ ਪ੍ਰਮਾਤਮਾ ਰੂਪ ਹਨ ਅੱਜ ਵੀ ਹਨ ਭਾਵੇਂ ਸਰੀਰ ਬਦਲ ਜਾਂਦਾ ਹੈ ਪਰ ਪ੍ਰਮਾਤਮਾ ਹੀ ਹਨ ਉਹਦੇ ਅਨੇਕ ਨਾਮ ਰੱਬ ਦੇ ਦਾਮ ਰੱਸੀ ਉਦਰ ਢਿੱਡ ਉਹਨਾਂ ਦੇ ਖਾਲਸਾ ਜਿ ਢਿੱਡ ਨੂੰ ਬੰਨ੍ਹ ਲਈ ਬੰਨ੍ਹ ਲਈ ਉਹਖਰੀ ਨਾਲ ਉਹਨਾਂ ਨੂੰ ਮਾਣ ਨੇ ਰੱਸੀ ਨਾਲ ਬੰਦੀ ਗਈ ਬੰਦੀ ਗਈ ਪਰ ਰੱਸੀ ਨਾ ਪੂਰੀ ਹੋਈ ਢਿੱਡ ਬਣਿਆ ਨਹੀਂ ਗਿਆ ਉਹਨਾਂ ਦਾ ਉਸ ਵੇਲੇ ਨਾਮ ਪੈ ਗਿਆ ਦਾਮੋਦਰ ਤੇ ਰੱਬ ਦੇ ਨਾਮ ਹਨ ਭਾਵ ਕਹਿਣ ਦਾ ਰੱਬ ਦਾ ਨਾਮ ਇਹ ਕੀਰ ਦੰਤਾਸਾ ਲੈਣਾ ਹੈ ਤੰਦਾਸਾ ਜਿਹੜੇ ਦੰਦਾ ਦਾ ਸ਼ਿੰਗਾਰ ਬਣਦਾ ਦੰਦਾ ਦੀ ਸੋਭਾ ਬਣਾਉਂਦਾ ਹੈ ਕਰ ਕਰ ਕਰਤਾ ਕੰਗਨ ਪਹਿਰੇ ਕਰ ਕਰ ਕਰਤਾ ਕੰਗਨ ਪਹਿਰੇ ਵਾਹਿਗੁਰੂ ਵਾਹਿਗੁਰੂ ਕਰਣਾ ਇਹ ਹੱਥ ਵਿੱਚ ਕੰਗਨ ਪਾਣੇ ਹਨ ਕਰ ਕਰ ਕਰਤਾ ਕਰ ਕਰ ਵਖਰਾ ਵਖਰਾ ਹੈ ਕਰ ਕਰਨਾ ਕਰ ਹੱਥ ਵਿੱਚ ਕਰਤਾ ਵਾਹਿਗੁਰੂ ਕਰਨਾ ਹੈ ਵਾਹਿਗੁਰੂ ਨਾਮ ਜਪਣਾ ਇਹ ਕੰਗਣ ਗ੍ਰਹਿਣ ਕਰਨਾ ਹੈ ਕੰਗਣ ਪਾਣਾ ਹੈ ਇਨ ਬਿਦ ਚਿੱਤ ਤਰੇ ਇਸ ਤਰ੍ਹਾਂ ਮਨ ਨੂੰ ਟਿਕਾਓ ਇਹ ਹੈ ਰੱਬ ਨੂੰ ਜੋੜਨ ਦਾ ਤਰੀਕਾ ਬੇਟੀ ਇਸ ਤਰ੍ਹਾਂ ਕਰ ਲੈ ਗਹਿਣਾ ਪਾਣਾ ਇਹ ਕਰ ਲੈ ਕੰਗਨ ਪਾਣਾ ਏ ਪਾ ਦਮੋਦਰ ਦਾ ਨਾਮ ਜਪਣਾ ਆਪਣੇ ਧੰਦਾ ਦਾ ਦੰਦਾਸਾ ਬਣਾ ਲੈ ਤੇ ਬੇਟੀ ਜੇ ਇਹ ਸ਼ੁਭ ਗੁਣ ਧਾਰਨ ਕਰ ਲਵੇਗੀ ਕਦੀ ਕਾਮ ਦੀ ਵਾਸ਼ਨਾ ਨਹੀਂ ਪੈਦਾ ਹੋਵੇਗੀ ਮਦੂਸੂਦਨ ਕਰਮੁੰਦਰੀ ਪੈਰੇ ਮਦੂਸੂਦਨ ਮਦੂ ਨਾਮ ਦੇ ਰਾਖਸ਼ ਨੂੰ ਮਾਰਨ ਕੇ ਨਾਮ ਕਰਕੇ ਪੈ ਗਿਆ ਮਦੂਸੂਦਨ ਉਹ ਮਦੂਸੂਦਨ ਨਾਮ ਵਾਹਿਗੁਰੂ ਜਪਣਾ ਇਹ ਆਪਣੇ ਹੱਥ ਵਿੱਚ ਮੰਦਰੀ ਪਾਣੀ ਹੈ ਆਪਣੀ ਉਂਗਲ ਵਿੱਚ ਇਹ ਮੰਦਰੀ ਪਾਓ ਇਹ ਅੰਗੂਠੀ ਪਾਓ ਕਿ ਮਾਹਪੁਰਖ ਇਸ ਤਰ੍ਹਾਂ ਵੀ ਦਸਤੇ ਖਾਲਸਾ ਜੀਓ ਸ਼ਲੋਕ 12 ਤੇ ਵਧਿਕ ਉਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਪਾਵਨ ਪੰਕਤੀ ਹੈ ਗੁਰਮੁਖਾ ਕਰਾ ਉਪਰ ਸਿਮਰਿਆ ਸੇ ਪਾਇਨ ਮੁਖ ਦੁਆਰ ਗੁਰਮੁਖ ਆਪਣੇ ਉਂਗਲ ਦੇ ਪੋਟਿਆਂ ਉੱਤੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਕਿ ਜਿਹੜੇ ਪੋਟੇ ਵਾਹਿਗੁਰੂ ਵਾਹਿਗੁਰੂ ਜਪਦੇ ਹੱਥ ਵੀ ਪਵਿੱਤਰ ਹੋ ਜਾਂਦੇ ਹਨ ਉਹ ਮਨਸੂਜਨ ਨਾਮ ਦੀ ਉਂਗਲੀ ਬਾਣੀ ਪਾਏ ਭਾਵ ਇਨਾ ਹੱਥਾਂ ਦੇ ਪੋਟਿਆਂ ਤੇ ਉਂਗਲੀਆਂ ਦੇ ਪੋਟਿਆਂ ਦੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਉਹ ਵਾਹਿਗੁਰੂ ਨਾਮ ਤੁਹਾਡੀ ਸੁਰਤੀ ਵੀ ਚਲੇ ਇਹ ਮੰਦਰੀ ਧਾਰਨ ਕਰਨੀ ਹੈ ਪਰਮੇਸ਼ਰ ਪਟਲੀ ਕਪੜਾ ਕਿਹੜਾ ਪਾਈਏ ਜੀ ਕਪੜਾ ਉਹ ਪਾਈਏ ਜਿਹੜਾ ਇੱਜ਼ਤ ਦਾ ਹੋਵੇ ਕਪੜਾ ਪਾਣਾ ਹੀ ਤਾਂ ਇੱਜ਼ਤ ਬਣਦੀ ਖਾਲਸਾ ਜੀ ਉਹ ਕਪੜਾ ਪਾ ਕੇ ਜਿਹੜੀ ਇੱਜ਼ਤ ਵੀ ਨਿਲਾਮ ਹੋ ਜਾਵੇ ਉਹ ਕਪੜਾ ਵੀ ਨਾ ਪਾਓ। ਉਹ ਕਪੜੇ ਵੀ ਨਾ ਪਾਓ ਅੱਧੇ ਡੇਢ ਗੱਜ ਦੇ ਜਿਹੜਾ ਸਰੀਰ ਦਾ ਨੰਗੇਜ ਵੀ ਪੈਦਾ ਕਰਨ ਉਹ ਵੀ ਨਾ ਪਾਈਏ ਭਾਈ। ਪਾਤਸ਼ਾਹ ਕਹਿੰਦੇ ਪਰਮੇਸ਼ਰ ਪਟ ਲਈ। ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਣਾ ਇਹੀ ਕਪੜਾ ਹੈ। ਇਹੀ ਮਨ ਦੇ ਵਿਕਾਰ ਨੂੰ ਢਕਣ ਲਈ। ਵਾਹਿਗੁਰੂ ਵਾਹਿਗੁਰੂ ਜਪਣਾ ਇਹ ਕਪੜਾ ਧਾਰਨ ਕਰੀਏ ਧੀਰਜ ਧੜੀ ਬੰਦਾਵੇ ਕਾਮਣ ਐ ਕਾਮਣੀ ਬੜੀ ਸੋਹਣੀ ਗੁੱਤ ਕਰਦੀ ਐ ਤੂੰ ਬੜੀ ਸੋਹਣੀ ਮੇਡੀਆਂ ਕਰਦੀ ਐ ਇਸ ਤਰ੍ਹਾਂ ਕਰ ਫਿਰ ਧੀਰਜ ਧੜੀ ਬੰਦਾਵੇ ਕਾਮਣ ਧੀਰਜ ਰੂਪੀ ਇਹ ਮੇਡੀ ਕਰ ਲੈ ਤੂੰ ਇਸ ਸਰੀਰ ਦੇ ਕੇਸਾਂ ਦੇ ਕਹ ਲੋ ਹਾਰ ਸ਼ਿੰਗਾਰ ਹੋ ਰਿਹਾ ਹੈ ਤੇ ਜਿਹੜਾ ਧੀਰਜ ਧਾਰਨ ਕਰਨਾ ਹੌਸਲਾ ਧਾਰਨ ਕਰਨਾ ਖਾਲਸਾ ਜੀ ਇਹ ਧਾਰਨ ਕਰੀਏ ਬਸ ਕਿ ਮਨ ਟਿਕ ਜਾਵੇ ਸਾਡਾ ਕਾਮ ਦੀ ਵਾਸ਼ਨਾ ਕਰਕੇ ਮਨ ਨਹੀਂ ਟਿਕਦਾ ਖਾਲਸਾ ਜੀ ਇਹ ਸਾਰੇ ਗਹਿਣੇ ਵਾਸ਼ਨਾ ਵਿਧਾਨ ਵਾਲੇ ਹਨ ਪਰ ਧੀਰਜ ਹੌਸਲਾ ਟਿਕਾ ਸਹਿਜ ਆਨੰਦ ਇਹ ਨਾਮ ਸਦਕਾ ਹੀ ਆਉਣਾ ਹੈ ਧੀਰਜ ਧੜੀ ਬੰਧਾਵੇ ਕਾਮਣ ਐ ਕਾਮਣੀ ਇਸ ਤਰ੍ਹਾਂ ਆਪਣੇ ਮਨ ਨੂੰ ਧੀਰਜ ਵਿੱਚ ਰੱਖ ਬਹੁਤੀ ਕਾਲੀ ਨਾ ਪੈ ਟਿਕੀ ਰਹਿ ਨਾਮ ਦਾ ਜਾਪ ਕਰੀ ਜਾ ਸ੍ਰੀ ਰੰਗ ਸੁਰਮਾ ਦੇਈ ਸ੍ਰੀ ਰੰਗ ਵਾਹਿਗੁਰੂ ਜੋ ਸ਼੍ਰੋਮਣੀ ਹੈ ਉਦੇ ਪ੍ਰੇਮ ਰੰਗ ਦਾ ਸੁਰਮਾ ਆਪਣੀ ਨੇਤਰਾਂ 'ਚ ਪਾ ਲਿਆ ਤੇਰੇ ਨੇਤਰ ਫਿਰ ਇੱਕ ਨੂੰ ਵੇਖਣਗੇ ਦੁਬੈਤ ਨੂੰ ਨਹੀਂ ਵੇਖਣਗੇ ਅੱਖਾਂ 'ਚ ਸੁਰਮਾ ਪਾਣਾ ਅੱਖਾਂ ਦਾ ਸ਼ਿੰਗਾਰ ਹੈ ਸ਼ਿੰਗਾਰ ਕਰੀਏ ਪਰ ਇਨ੍ਹਾਂ ਅੱਖਾਂ ਵਿੱਚ ਸ੍ਰੀ ਰੰਗ ਸੁਰਮਾ ਦੇਈ ਵਾਹਿਗੁਰੂ ਦਾ ਪ੍ਰੇਮ ਰੰਗ ਪਾਉਣਾ ਹੈ ਕਿ ਪ੍ਰੇਮ ਰੰਗ ਸਦਕਾ ਸੰਭੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਨਜ਼ਰ ਆ ਜਾਵੇ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ धरी ਹਰ ਬਿਨ ਅਵਰ ਨ ਦੇਖੋ ਕੋਈ ਇਹ ਗੱਲ ਬਣ ਜਾਵੇ ਇਹ ਉਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਗੱਲ ਬਣ ਜਾਵੇ ਐ ਬੇਟੀ ਆਪਣੇ ਨੇਤਰਾਂ ਵਿੱਚ ਇਸ ਤਰ੍ਹਾਂ ਸੁਰਮਾ ਪਾ ਲੈਣਾ ਇਹ ਸੁਰਮਾ ਪਾ ਤੇਰੇ ਹਿਰਦੇ ਨੂੰ ਵੀ ਆਨੰਦ ਪੈਦਾ ਕਰੇਗਾ ਮਨ ਮੰਦਰ ਜੇ ਦੀਪਕ ਜਾਲੇ ਜੇ ਮਨ ਰੂਪੀ ਮੰਦਰ ਵਿੱਚ ਦੀਪਕ ਗੁਰੂ ਦੇ ਗਿਆਨ ਦਾ ਦੀਵਾ ਜਗਾ ਲਏ ਬਸ ਮਨ ਮੰਦਰ ਜੇ ਦੀਪਕ ਜਾਲੇ ਇਹ ਦੀਵਾ ਜਗਾ ਵਾਹਿਗੁਰੂ ਨਾਮ ਦਾ ਦੀਵਾ ਆਪਣੇ ਹਿਰਦੇ ਜਗਾ ਕੈਸੀ ਬਾਣੀ ਹੈ ਬਾਦਸ਼ਾਹੀ ਦੇਖੋ ਆਪਣੇ ਆਪ ਮਨ ਵਿੱਚ ਦੀਵਾ ਬਾਲ ਦਿੰਦੀ ਹੈ ਐ ਬੇਟੀ ਐ ਪਦਮਣੀ ਇਸਤਰੀ ਆਪਣੇ ਮਨ ਵਿੱਚ ਇਹ ਤੇਰਾ ਮਨ ਮੰਦਰ ਹੈ ਘਰ ਹੈ ਕਮਰਾ ਹੈ ਮਹਿਲ ਹੈ ਇਸ ਮਹਲ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਜਗਾਲੈ ਕਾਇਆ ਸੇਜ ਕਰੇ ਤੇ ਸੇਜ ਕਿਹੜੀ ਬਣਾ ਸਰੀਰ ਦੀ ਸੇਜਾ ਬਣਾ ਲੈ ਕਾਇਆ ਸੇਜ ਕਰੇ ਏ ਕਾਇਆ ਤੇਰਾ ਸਰੀਰ ਏ ਤੇਰੀ ਸੇਜਾ ਬਣ ਜਾਵੇ ਗਿਆਨ ਰਾਉ ਜਦ ਸੇਜ ਆਵੇ ਉਹ ਗਿਆਨ ਦਾ ਰਾਜਾ ਹੈ ਰਾਉ ਰਾਜਾ ਹੈ ਜੋ ਗਿਆਨ ਦਾ ਦਾਤਾ ਹੈ ਜੋ ਆਤਮ ਗਿਆਨ ਦਾ ਭੰਡਾਰਾ ਅਕਾਲ ਪੁਰਖ ਵਾਹਿਗੁਰੂ ਜਦੋਂ ਉਹ ਤੇਰੀ ਹਿਰਦੇ ਰੂਪੀ ਸੇਜਾ ਤੇ ਆਵੇਗਾ ਜਦੋਂ ਵਾਹਿਗੁਰੂ ਆਪ ਤੇਰੇ ਹਿਰਦੇ ਚ ਆ ਕੇ ਵਸੇਗਾ ਤਾਂ ਨਾਨਕ ਭੋਗ ਕਰੇ ਗੁਰੂ ਪਾਤਸ਼ਾਹ ਧਰਮ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਇਸ ਤਰ੍ਹਾਂ ਦੇ ਆਨੰਦੇ ਚ ਰਹਨੇ ਆ ਬੇਟੀ ਤੁਹਾਡਾ ਆਨੰਦ ਹੋਵੇਗਾ ਸਰੀਰਿਕ ਭੋਗ ਲਗਭਗ 2 ਢਾਈ ਮਿੰਟ ਦਾ ਸਵਾਦ ਪਰ ਇਹ ਜਿਹੜਾ ਸਾਡਾ ਸਵਾਦ ਹੈ ਹਰ ਵੇਲੇ ਰਹਿੰਦਾ ਹੈ ਆਤਮ ਰਸ ਵਿੱਚ ਅਸੀਂ ਡੁੱਬੇ ਰਹਨੇ ਹਾਂ ਖੁੱਬੇ ਰਹਨੇ ਹਾਂ ਲੀਨ ਰਹਨੇ ਹਾਂ ਸਵਾਰੇ ਰਹਨੇ ਹਾਂ ਇਹ ਹੈ ਅਸਲ ਸਾਡਾ ਰੱਬ ਨਾਲ ਮਿਲਾਪ ਹੁੰਦਾ ਹੈ ਤਾਂ ਨਾਨਕ ਭੋਗ ਕਰੇ ਇਹ ਮਿਲਾਪ ਹੈ ਸਾਡਾ ਇਹ ਸਾਡਾ ਆਨੰਦ ਹੈ ਬੇਟੀ ਇਸ ਤਰ੍ਹਾਂ ਇਹ ਸਮਝ ਲੈ ਦੋਹਰਾ ਸਰਬ ਸ਼ਬਦ ਸਮਝਾਏ ਏ ਸ਼੍ਰੀ ਨਾਨਕ ਜਗ ਕੰਤ ਜਗਤ ਦੇ ਕੰਤ ਜਗਤ ਦੇ ਦਾਤੇ ਧੰ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਪਾਤਸ਼ਾਹ ਨੇ ਸ਼ਬਦ ਰਾਹੀਂ ਸਭ ਕੁਝ ਸਮਝਾਤਾ ਨਾ ਬਸ ਬਖਸ਼ਿਸ਼ ਹੀ ਹੁੰਦੀ ਹੈ ਗੁਰੂ ਪਾਤਸ਼ਾਹ ਦੇ ਨੇਤਰਾਂ ਦੀ ਬਖਸ਼ਿਸ਼ ਹੀ ਇਤਨੀ ਹੈ ਕਿ ਉਸ ਪਤਵਨੀ ਦਾ ਹਿਰਦਾ ਆਪਣੇ ਆਪ ਹੀ ਬਦਲ ਗਿਆ ਖਾਲਸਾ ਜੀ ਬਸ ਕਮਾਲ ਹੈ ਦੇਖੋ ਜਿਨ੍ਹਾਂ ਨੇ ਕਦੀ ਆਤਮ ਰਸ ਨੂੰ ਮਾਣਿਆ ਹੀ ਨਹੀਂ ਅੱਜ ਆਤਮ ਰਸ 'ਚ ਇਤਨੀ ਖੁਭ ਗੀਆਂ ਕਿ ਉੱਥੋਂ ਬਾਹਰ ਹੀ ਨਹੀਂ ਆਉਂਦੀਆਂ ਹਨ ਅੰਦਰ ਹੀ ਆਪਣੇ ਪ੍ਰਾਤਮਾ ਨੂੰ ਦਰਸ਼ਨ ਕਰਨ ਲੱਗੀਆਂ ਵੀ ਰੱਬ ਤਾਂ ਅੰਦਰ ਬੈਠਾ ਹੈ ਅਸੀਂ ਅਸਲ ਅੰਦਰ ਆਨੰਦ ਮਾਣਦੀਆਂ ਹਾਂ ਸਾਡਾ ਇਹੀ ਆਨੰਦ ਹੈ ਜਦੋਂ ਉਧਰ ਲੀਨ ਹੋਈਆਂ ਅਸ਼ਟ ਪਦੀ ਪੁਨਿਆਰਥ ਸੋ ਉਚਰੀ ਰਾਗ ਬਸੰਤ ਰਾਗ ਬਸੰਤ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਇੱਕ ਅਸ਼ਟ ਪਦੀ ਅੱਠ ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਉਹਦੇ ਹਿਰਦੇ ਨੂੰ ਹੋਰ ਟੰਬਣ ਲਈ ਕਿ ਉਸ ਆਨੰਦ ਵਿੱਚੋਂ ਬਾਹਰ ਨਾ ਆ ਸਕੇ ਜਿਹੜਾ ਆਨੰਦ ਹਮੇਸ਼ਾ ਆਨੰਦ ਰਵਿਆ ਹੈ ਤੇ ਰਹੇਗਾ ਓ ਮਹਾਰਾਜ ਹੁਣ ਉਸਤਪਦੀ ਹੈ ਲੰਬੇਰੀ ਏ ਤੇ ਖਾਲਸਾ ਜੀਓ 5-7 ਮਿੰਟ ਰਹਿ ਗਏ ਹਨ ਉਹ ਸ਼ਬਦ ਪੂਰਾ ਹੋਣਾ ਨੇ ਵਿੱਚ ਰਹਿ ਜਾਣਾ ਹੈ ਇਸ ਕਰਕੇ ਪਾਤਸ਼ਾਹ ਹੁਣ ਕਿਰਪਾ ਕਰਨ ਉਹ ਗਿਆਨ ਮਹਾਰਾਜ ਕਲ ਦੇਣਗੇ ਸਾਰੇ ਇਸ ਦੁਨੀਆ ਪਰਥਾਏ ਸਾਰੀ ਸੰਗਤਾਂ ਪਰਥਾਏ ਪਦਮੇਸਤਰੀ ਪਰਥਾਏ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਾਧਗੁਰੂ ਪਾਤਸ਼ਾਹ ਆਪ ਸਾਡੇ ਸਭ ਨਾਲ ਤੇ ਕਿਰਪਾ ਕਰਨ ਹਾਨੂੰ ਸਭ ਨਾਲੋਂ ਨਾਮ ਰਸ ਚੜ੍ਹਦੀ ਕਲਾ ਤੇ ਆਤਮ ਰਸ ਵਿੱਚ ਦੀਨ ਕਰਨ ਜੀ ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਅਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ